ਮੈਂ ਨਾ ਬਹੁਤ ਨੋਟ ਕਰਨਾ ਵੈਸੇ ਸਾਡੇ ਮੇਰੇ ਸਰਕਲ ਚ ਵੀ ਬਹੁਤ ਹਨ ਯਾਰ ਐਨੀਮਲ ਬਣਾਤੀ ਉਹਨਾਂ ਨੇ ਹੈ ਨਾ ਫਿਲਮ ਇਹ ਇਹੀ ਐਨੀਮਲ ਪੰਜਾਬੀ ਚ ਬਣੀ ਹੁੰਦੀ ਮੈਂ ਉਹੀ ਬੰਦੇ ਗਰੰਟੀ ਨਾਲ ਕਹਿ ਦਿੰਦਾ ਕਿ ਉਹ ਗਾਲਾਂ ਕਢਦੇ ਜਦੋਂ ਅਸੀਂ ਇੱਥੇ ਕੋਸ਼ਿਸ਼ ਕਰਦੇ ਆ ਤਾਂ ਉਹ ਚੀਜ਼ ਉਲਟੀ ਪੈ ਜਾਂਦੀ ਹੈ ਉਹੀ ਫਿਰ ਮੀਡੀਆ ਸਵਾਲ ਕਰਦਾ ਵੀ ਆਹ ਤੁਸੀਂ ਕੀ ਕਰਤਾ ਇਹ ਤਾਂ ਸਾਡੇ ਕਲਚਰ ਦਾ ਪਾਰਟੀ ਨਹੀਂ Netflix ਦਾ ਇੱਕ ਬਹੁਤ ਵੱਡਾ ਸ਼ੋਅ ਸੀਗਾ ਜਿਹੜਾ ਆਫਰ ਹੋਇਆ ਸੀ ਨਾ ਉਹਦੇ ਵਿੱਚ ਕੈਰੈਕਟਰ ਸੀਗਾ ਬਹੁਤ ਸਟਰੌਂਗ ਬਟ ਉਹ ਇੱਕ ਇਦਾਂ ਦਾ ਕੈਰੈਕਟਰ ਸੀਗਾ ਜੋ ਪੰਜਾਬ ਚ ਬਹੁਤ ਗਾਣਾ ਪੈਂਦੀ ਹੈ ਤੇ ਮੈਂ ਬਹੁਤ ਕਨਫਿਊਜ਼ ਹੋਇਆ ਤੇ ਮੇਰੀ ਵਾਈਫ ਕਹਿੰਦੀ ਇਹ ਇੱਕ ਆਰਟ ਹੈ ਮੈਂ ਆਰ ਟੂ ਤੋਂ ਕੋਈ ਨਹੀਂ ਹੈ ਐਸੇ ਢਾਂਗਾ ਬਣਿਆ ਸ਼ੁਰੂ ਹੋ ਜਾਂਦੀ ਹੈ ਇਹਨਾਂ ਨੇ ਇੱਕ ਅੱਖ ਨਹੀਂ ਜੁਣਾ ਇਹਨਾਂ ਨੇ ਕਲਿੱਪ ਕੱਟ ਲੈਣੀ ਹੈ ਸਾਨੂੰ ਕਈ ਵਾਰੀ ਕਹਿ ਹੁੰਦੇ ਨੇ ਕਿ ਸਾਊਥ 'ਚ ਬਹੁਤ ਵੱਡਾ ਸਟਾਰ ਆ ਬਣ ਜਾਂਦਾ ਇੱਥੇ ਨਹੀਂ ਬਣ ਸਕਦਾ ਸਾਊਥ ਵਾਲੇ ਬਹੁਤ ਕਹਿੰਦੇ ਵੀ ਦੁੱਧ ਨਾਲ ਮੂਰਤੀਆਂ ਬਹੁੰਦੇ ਮੈਂ ਇੱਥੇ ਕੋਈ ਸਟਾਰ ਨਹੀਂ ਹੈ ਉਹਨਾਂ ਪਹਿਲੀ ਗੱਲ ਇੱਥੇ ਮੂਰਤੀ ਲੱਗਦੀ ਨਹੀਂ ਸਕਦੀ ਇੱਥੇ ਸਾਰੇ ਸਟਾਰ ਨੇ ਜਿਹਨੂੰ ਤੁਸੀਂ ਸਟਾਰ ਸਮਝਦੇ ਹੋ ਇੱਥੇ ਜਿਹਨੂੰ ਵੀ ਲੀਜੈਂਡ ਕਹਿੰਦੇ ਹੋਗਾ ਗੱਲ ਨੂੰ ਮਿੱਟੀ 'ਚ ਰੋਲ ਕੇ ਰੱਖ ਦਿੰਗੇ ਕਿਉਂਕਿ ਇਹ ਪੰਜਾਬ ਇਹ ਮੈਂ ਦੂਜਿਆਂ ਨਾਲੋਂ ਬਹੁਤ ਵੱਖਰਾ ਹੈ ਇੱਥੇ ਉਹ ਚੀ ਸਸ਼ਕਲ ਜੀ ਮਹਿਲੀਆਂ ਸਾਰੇ ਫਰਮਾ ਸਵਾਗਤ ਹੈ ਸਾਰਿਆਂ ਦਾ ਤੁਸੀਂ ਦੇਖ ਰਹੇ ਹੋ ਸਿਰ ਪੰਜਾਬੀਅਤ ਤੇ ਅਕਸਰ ਨਾ ਪੰਜਾਬੀ ਦੇ ਵਿੱਚ ਅਸੀਂ ਇਦਾਂ ਬੁਲਾਉਂਦੇ ਆ ਲੋਕਾਂ ਨੂੰ ਓਏ ਇਧਰ ਆ ਓਏ ਇਹ ਕੰਮ ਕਰ ਲੈ ਤੇ ਇਸ ਉੱਪਰ ਹੀ ਟਾਈਟਲ ਇਹਨਾਂ ਸੋਣਾ ਬਣਾਇਆ ਤੇ ਇੰਟਰੋਡਕਸ਼ਨ ਦੀ ਲੋੜ ਨਹੀਂ ਹੈ ਜੀ 16 ਫਰਵਰੀ ਨੂੰ ਫਿਲਮ ਆ ਰਹੀ ਹੈ ਓਏ ਭੋਲੇ ਓਏ ਤੇ ਭੋਲੇ ਓਏ ਕੀ ਹਾਲ ਹੈ ਤਾਂ ਹੀ ਆਪਾਂ ਇਹਨਾਂ ਦਾ ਡਿਸਟੈਂਸ ਰੱਖਿਆ ਓਏ ਕਹਿ ਕੇ ਓਏ ਕੀ ਹਾਲ ਹੈ ਜੀ ਮੈਂ ਵਧੀਆ ਜੀ ਵਧੀਆ ਲੱਗ ਰਿਹਾ ਬਹੁਤ ਵਧੀਆ ਤੁਸੀਂ ਹਮੇਸ਼ਾ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੇ ਰਹਿਣਾ ਹਮੇਸ਼ਾ ਰੱਬਰਿੰਗ ਡਿਊਟੀ ਲਈ ਹੈ ਓਏ ਭੋਲੇ ਓਏ ਫਿਲਮ ਦਾ ਕਨਸੈਪਟ ਕੋ ਫਿਲਮ ਇਹ ਵੀ ਕਹਿ ਲਓ ਨਾ ਇੰਨਾ ਸੋਹਣਾ ਪੋਸਟਰ ਲੱਗ ਰਿਹਾ ਇੰਨਾ ਅਟਰੈਕਟਿਵ ਇਹ ਦਿਮਾਗ ਕਿਦਾ ਸੀ ਕੋਈ ਆਈਡੀਆ ਹੈ ਸਾਰਾ ਟੀਮ ਵਰਕ ਹੈ ਜੀ ਜਦੋਂ ਸ਼ੁਰੂ ਹੋ ਜਾਂਦੇ ਕ੍ਰੀਏਟਿਵ ਮਾਈਂਡ ਤਿੰਨ ਚਾਰ ਜਦੋਂ ਰਲ ਜਣ ਫਿਰ ਛੇਤੀ ਜਦੋਂ ਕਿਸੇ ਨੂੰ ਐ ਤਸੱਲੀ ਨਾ ਹੋਵੇ ਵੀ ਮੈਂ ਨਹੀਂ ਸੀ ਚਾਹੁੰਦਾ ਕਿ ਆਪਣੀ ਫਿਲਮ ਦਾ ਪੋਸਟ ਕੋਈ ਫੋਟੋ ਕੱਚ ਕੇ ਐ ਜੇ ਖੜਾ ਮੈਨੂੰ ਉਹਦੇ ਵਿੱਚ ਕੋਈ ਕ੍ਰੀਏਟੀਵਿਟੀ ਨਹੀਂ ਲੱਗਦੀ ਹਨਾ ਉਦੋਂ ਸੋਹਣੇ ਤਾਂ ਲੋਕ ਇੰਸਟਾਗ੍ਰam ਤੇ ਪਾਈ ਜਾਂਦੇ ਆ ਬਲਕਿ ਪੁਆਇੰਟ ਆ ਪੁਆਇੰਟ ਅਡਾ ਕੀ ਫਿਰ ਕੁਛ ਤਾਂ ਕ੍ਰੀਏਟਿਵ ਹੋਵੇ ਨਾ ਜੋ ਪੋਸਟਰ ਦਾ ਬਦਲਾਅ ਕਿ ਫਿਲਮ ਚਿੱਕੀ ਕਹਿਣਾ ਚਾਹੁੰਦੀ ਹੈ ਉਹਦਾ ਕੋਈ ਇੱਕ ਮੀਨਿੰਗ ਹੋਣਾ ਚਾਹੀਦਾ ਸੋ ਇਹ ਮੈਨੂੰ ਲੱਗਦਾ ਪੋਸਟਰ ਆਪਣੇ ਆਪ ਚ ਇੱਕ ਕਹਾਣੀ ਹੈ ਨਾਮ ਪੂਰਾ ਰਾਈਟ ਲੇਕਿਨ ਇੰਨਾ ਤੁਹਾਨੂੰ ਜੋ ਪੋਸਟਰ ਆਇਆ ਸੀ ਕਿਸੇ ਨੇ ਕਿਹਾ ਨਹੀਂ ਕਿ ਜਿੰਮ ਜਮ ਲਾ ਲੰਦਾ ਤੇ ਭੋਲਾ ਜਿਹਾ ਜਿੰਮ ਲਾ ਕੇ ਕੰਮ ਤਾਂ ਵੀ ਹੋ ਗਿਆ ਨਾ ਕੰਮ ਉਹ ਤਾਂ ਜਿੰਮ ਵਾਲਾ ਹੈ ਹੀ ਨਹੀਂ ਹਾਂ ਓਲੇ ਨੂੰ ਜਿੰਮ ਜਾਣ ਦੀ ਲੋੜ ਹੀ ਨਹੀਂ ਉਹ ਤਾਂ ਐਦਾਂ ਸੋਚਦਾ ਵੀ ਜਿੰਨਾ ਤੂੰ ਡਾਈਟ ਰਿਡ ਕਰਦੇ ਹੋ ਉਹਦੇ ਜੇ ਕਿਸੇ ਸੀ ਸ਼ਾਇਦ ਉਹ ਫਿਲਮ ਚ ਹੈ ਤੇ ਉਹ ਬਾਅਦ ਚ ਪਤਾ ਲੱਗੂਗਾ ਜੇ ਉਹ ਕਹਿੰਦਾ ਤੂੰ ਇੰਨੀ ਜਿਮ ਜੰਨਾ ਇੰਨਾ ਖਾਣਾ ਵੀ ਨਾ ਯਾਰ ਕਦੇ ਤੂੰ ਆਹ ਨਹੀਂ ਖਾਂਦਾ ਦੇਖ ਨਾ ਮੈਂ ਸਾਰਾ ਕੁਝ ਖਾਣਾ ਤੂੰ ਕਹਿੰਦਾ ਇੱਥੇ ਐਕਸੀਡੈਂਟ ਨਾਲ ਮਰ ਗਿਆ ਤੇਰੀ ਕੀ ਜ਼ਿੰਦਗੀ ਹੈ ਸਾਰੀ ਉਮਰ ਤੂੰ ਡਾਈਟ ਕਰੀ ਯਾਰ ਹਣਾ ਇਦਾਂ ਤੂੰ ਸੋਚਦਾ ਉਹ ਇਹ ਭੋਲਾ ਸੋਚਦਾ ਨਹੀਂ ਤੁਸੀਂ ਸੋਚਦਾ ਵੀ ਮੈਂ ਸੋਚਦਾ ਵੀ ਠੀਕ ਹੈ ਵੀ ਹਰੇਕ ਦੀ ਇੱਕ ਆਪਣੀ ਸਰੀਰ ਆ ਨਾ ਜ਼ਰੂਰੀ ਨਹੀਂ ਹੁੰਦਾ ਨਾ ਸਾਡੇ ਇੱਕ ਮਿਜਿਸ਼ੀਨ ਆਏ ਨੇ ਜਿਹੜੇ ਫਿਲਮ ਚ ਵੀ ਨੇ ਉਹਨਾਂ ਦੀ ਉਮਰ ਹੋਣੀ ਹੈ 75 ਸਾਲ ਉਹ ਪੁਰਾਣੇ ਬੰਦੇ ਆ ਥੋੜੇ ਜੇ ਹੂੰ ਉਹਨਾਂ ਨੂੰ ਨਾ ਇੱਕੋ ਦੇ ਚ ਲੈ ਲਿਆ ਐਡ ਚ ਬੀਡੀ ਸਿਗਰਟ ਦੀ ਅੱਛਾ ਉਹ ਆਪ ਐਜੇ ਬੰਦਾ ਦੋ ਬੰਡਲ ਪੀਂਦਾ ਦਿੱਲੀ ਅੱਛਾ ਉਹ ਕਹਿੰਦਾ ਮੈਂ ਨਹੀਂ ਮਰਦਾ ਤੁਸੀਂ ਜੇ ਅਗਲਾ ਮਰ ਜਿਓ ਤਾਂ ਹੀ ਉਹ ਤੋਂ ਹੀ ਡਾਇਲੋਗ ਇਨਸਪਾਇਰ ਹੋ ਕੇ ਫਿਲਮ ਚ ਲਿਆਓ ਹਾਂ ਹਾਂ ਅੱਛਾ ਐਸੇ ਸੋਚੇ ਸੀ ਤੁਸੀਂ ਮਾਲਵੀਂ ਇੰਦੇ ਬਣਾ ਕੇ ਆਓਗੇ ਅੱਛਾ ਮੈਂ ਸੋਚਿਆ ਸੀ ਕਿ ਆ ਪਰ ਅੱਜ ਮੈਂ ਕਿਸੇ ਹੋਰ ਕੰਮ ਜਾਣਾ ਸੀ ਇਸ ਕਰਕੇ ਮੈਨੂੰ ਥੋੜਾ ਜਿਹਾ ਤਿਆਰ ਹੋਣਾ ਪੈ ਗਿਆ ਨਹੀਂ ਤਾਂ ਮੈਂ ਭੋਲਾ ਬਣ ਕੇ ਆਉਂਦਾ ਭੋਲਾ ਬਣ ਗਿਆ ਅੱਛਾ ਵੈਸੇ ਫਿਲਮ ਦੇ ਵਿੱਚ ਭੋਲਾ ਵਾਕੀ ਭੋਲਾ ਹੈਗਾ ਕਿ ਚਲਾਕ ਹੈ ਚਲਾਕ ਦੀ ਕੋਈ ਡੈਫੀਨੇਸ਼ਨ ਨਹੀਂ ਮੈਨੂੰ ਇਹ ਲੱਗਦਾ ਵੀ ਕਈ ਤਰ੍ਹਾਂ ਦੇ ਚਲਾਕ ਹੁੰਦੇ ਆ ਕਿਹਨੂੰ ਤੁਸੀਂ ਚਲਾਕ ਕਹਿੰਦੇ ਆ ਅਵੇਅਰਨੈਸ ਹੋਣਾ ਚਲਾਕੀ ਹੈ ਜਾਂ ਇੱਕ ਦੂਜੇ ਨੂੰ ਐ ਜੇ ਇੱਧਰ ਦੀ ਚੀਜ਼ ਉੱਧਰ ਨੂੰ ਕਰਨਾ ਚਲਾਕੀ ਹੈ ਇਹ ਮੈਨੂੰ ਲੱਗਦਾ ਭੋਲੇ ਵਾਲਾ ਹੂੰ ਵੀ ਇਹਨੂੰ ਪਤਾ ਦਾ ਕੁਝ ਲੱਗਦਾ ਨਹੀਂ ਕਿਸੇ ਚੀਜ਼ ਦਾ ਕਈ ਵਾਰ ਵੱਡੀਆਂ ਚੀਜ਼ਾਂ ਨੂੰ ਨਹੀਂ ਤੁਸੀਂ ਸਮਝ ਪਾਉਂਦੇ ਲਾਈਕ ਕੋਈ ਵੱਡੀ ਆ ਕੇ ਤੁਹਾਡੇ ਤੇ ਗੇਮ ਪਾ ਰਿਹਾ ਤੁਹਾਨੂੰ ਪਤਾ ਹੀ ਨਹੀਂ ਪਿੱਛੇ ਕੀ ਹੋ ਰਿਹਾ ਇਹ ਤਾਂ ਸਿੱਧਾ-ਸੱਦਾ ਜਿਹਾ ਬੰਦਾ ਇੱਕ ਪਿੰਡੂ ਬੰਦਾ ਜਿਹਨੂੰ ਕੁਝ ਨਹੀਂ ਪਤਾ ਲੱਗ ਰਿਹਾ ਵੀ ਕੀ ਹੋ ਰਿਹਾ ਐਡੇ ਲੈਵਲ ਦੇ ਬਿਲਡਰਸ ਕੀ ਕਰਦੇ ਆ ਇਹਨੂੰ ਕੁਝ ਨਹੀਂ ਪਤਾ ਇਹਨੂੰ ਇਹ ਵੀ ਨਹੀਂ ਪਤਾ ਵੀ ਮੈਂ ਜਿਹਦੇ ਨਾਲ ਪੰਗਾ ਲੈ ਰਿਹਾ ਉਹ ਕੀ ਚੀਜ਼ ਹੈ ਇਹ ਤਾਂ ਬਸ ਚੱਲ ਪੈਂਦਾ ਜਿਹੜਾ ਹੈ ਪਰ ਉਸ ਚੀਜ਼ ਤੋਂ ਜਿਹੜੀ ਸਿਚੁਏਸ਼ਨ ਪੈਦਾ ਹੁੰਦੀ ਉਹਨੂੰ ਲੋਕ ਇੰਜੋਏ ਬਹੁਤ ਕਰਦੇ ਹ ਹ ਅ ਜਿੰਕ ਜੀ ਇਹਦਾ ਤੁਸੀਂ ਕਦੀ ਇਹਦਾ ਦੇ ਬੰਦੇ ਨੂੰ ਮਿਲਿਓ ਆਪਣੀ ਲਾਈਫ ਦੇ ਵਿੱਚ ਮੇਰੇ ਆਲੇ ਦੁਆਲੇ ਹੈ ਹੀ ਇਹ ਜਿਹੇ ਨੇ ਮੈਂ ਵੀ ਇਦਾਂ ਦਾ ਹੀ ਆ ਹਾਂ ਹਾਂ ਅੰਦਰੋਂ ਬਹੁਤ ਸ਼ਰਾਰਤੀ ਹੈ ਬਹੁਤ ਮਨ ਕਰਦਾ ਕਿ ਇਦਾਂ ਹੀ ਹੱਸਦੇ ਖੇਡਦੇ ਰਹੀਏ ਇੰਜੋਏ ਕਰੀਏ ਲਾਈਫ ਨੂੰ ਤੇ ਮੇਨੂੰ ਲੱਗਦਾ ਭੋਲਾ ਤਾਂ ਹਰ ਇੱਕ ਦੇ ਅੰਦਰ ਹੈ ਉਹ ਕਈ ਵਾਰੀ ਉਹ ਬੰਦਾ ਸੂਟਡ ਬੂਟਡ ਹੋ ਕੇ ਇੱਕ ਜਦੋਂ ਇੱਕ ਅਥਾਰਟੀ ਤੇ ਚੱਲਿਆ ਜਾਂਦਾ ਸ਼ਰਾਰਤੀ ਜਿਹੀ ਨਹੀਂ ਕਰਦਾ ਮੈਂ ਬਹੁਤ ਸਾਰੇ ਬੰਦੇ ਦੇਖੇ ਆ ਮੇਰਾ ਇੱਕ ਕਜ਼ਨ ਆ ਉਹ ਆਸਟ੍ਰੇਲੀਆ ਵੱਡੀ ਜੌਬ ਤੇ ਆ ਹਨਾ ਵੱਡੇ ਰੈਂਕ ਤੇ ਆ ਉਹਨੂੰ ਹਰ ਕੋਈ ਉਦਾਂ ਰਿਸਪੈਕਟ ਨਾਲ ਗੱਲ ਕਰਦਾ ਕਈ ਵਾਰੀ ਮੈਨੂੰ ਫੋਨ ਕਰਕੇ ਕਹਿੰਦਾ ਯਾਰ ਕੋਈ ਕੋਈ ਕਹਿੰਦਾ ਕੋਈ ਮੇਣਾ ਉਹ ਨਹੀਂ ਮਾਰਦਾ ਯਾਰ ਕੋਈ ਕਹਿੰਦਾ ਇੰਨੀ ਇੱਜ਼ਤ ਕਰਾ ਲਈਦੀ ਐ ਹਨਾ ਵੀ ਹੁਣ ਕੋਈ ਐ ਲੱਗਦਾ ਕੋਈ ਬੁੱਟਾ ਨਾ ਲੈ ਕੇ ਕੋਈ ਕਵੇ ਜੀ ਜੀ ਹੁੰਦਾ ਹੀ ਐ ਨਾ ਕਈ ਵਾਰ ਤੁਹਾਡੇ ਆਲੇ ਦੁਆਲੇ ਇੰਨਾ ਤਾਵਾ ਜਾਮਾ ਜਾਏ ਕੋਈ ਸਰ ਸਰ ਕਹੀ ਜਾਵੇ ਤੁਹਾਨੂੰ ਇੱਕ ਵਾਰ ਤਾਂ ਲੱਗਦਾ ਯਾਰ ਕੋਈ ਤਾਂ ਕਹੇ ਉਹ ਚਵਲਾ ਇੱਧਰ ਬੈਠ ਗਿਆ ਤੇ ਇਹੀ ਇਹੀ ਐ ਨਾ ਕੋਈ ਲੇਕਿਨ ਇਹ ਇਸ ਲਈ ਨਹੀਂ ਆਪਾਂ ਆਪਾਂ ਵੀ ਨਹੀਂ ਕਰ ਸਕਦੇ ਬੁਰਾ ਨਾ ਮੰਨ ਜੇ ਅਗਲੇ ਦਾ ਕੁਝ ਪਤਾ ਨਹੀਂ ਹੈ ਕਿ ਆ ਮੈਂ ਬਹੁਤ ਸਾਰੇ ਦੇਖਿਆ ਇੱਕ ਮੈਦ ਆਖੀ ਦਿੱਖੀ ਐ ਚੀਜ਼ ਇੱਕ ਮੁੰਡਾ ਜੱਜ ਬਣ ਗਿਆ ਪੰਜਾਬ ਯੂਨੀਵਰਸਿਟੀ ਨੂੰ ਹਾਂ ਇਹ ਜੱਜ ਬਣ ਕੇ ਜਦੋਂ ਸਟੂਡੀਓ ਤੇ ਆਇਆ ਤਾਂ ਉਹ ਕੀੜਾ ਕਹਿੰਦੇ ਸੀ ਹੋਸਟਲ 'ਚ ਕੀੜਾ ਕਹਿੰਦੇ ਸੀ ਕਿ ਉਹਨੂੰ ਨੇ ਉਹਨੇ ਕਿਹਾ ਬਾ ਕੀੜੇ ਬਾਈ ਤੂੰ ਜੱਜ ਬਣ ਗਿਆ ਉਹ ਹੁਣ ਉਹ ਬੜਾ ਇੰਜੋਏ ਕੀਤਾ ਉਸੇ ਗੱਲ ਨੂੰ ਕਹਿੰਦਾ ਸ਼ੁਕਰ ਆ ਯਾਰ ਕਹਿੰਦਾ ਮੈਂ ਜਾਨਾ ਤਾਂ ਮੈਨੂੰ ਕਹਿੰਦਾ ਉਵੇਂ ਹੀ ਸਲੂਟ ਪੈਂਦੇ ਐ ਸਿਕਿਉਰਟੀ ਹੁੰਦੀ ਐ ਨਾਲ ਜੱਜ ਇੱਕ ਵੱਡੀ ਪੋਸਟ ਹੁੰਦੀ ਐ ਨਾ ਬਟ ਉਹਨੂੰ ਵਧੀਆ ਲੱਗਿਆ ਯਾਰ ਠੀਕ ਐ ਸ਼ਰਾਰਤ ਐ ਜਿਹੜੀ ਉਹ ਇਦਾਂ ਨਹੀਂ ਹੋਣੀ ਚਾਹੀਦੀ ਐ ਅਜੇ ਕੋਈ ਲਾਈਫ ਹੋਰ ਕੀ ਕੀ ਨਾਮ ਰੱਖਦੇ ਸੀ ਦੋਸਤਾਂ ਮਾਤਾ ਬਹੁਤ ਉੱਠੇ ਨਾਮ ਰੱਖੇ ਜਿੰਦਾ ਜਿੱਦਾਂ ਦਾ ਵੀ ਮਤਲਬ ਉਹਦਾ ਕੰਮ ਹੈ ਮਤਲਬ ਕਿ ਐਂ ਜ਼ਰੂਰ ਹੁੰਦਾ ਸੀ ਕਿ ਉਹਦੇ ਨਾਮ ਤੋਂ ਅੰਦਾਜ਼ਾ ਲਾ ਲੈਂਦੇ ਸੀ ਵੀ ਇਹ ਬੰਦਾ ਕਿਹੜਾ ਹੈ ਵੀ ਇਹ ਬੰਦਾ ਹੈ ਕਿਉਂ ਰੱਖਿਆ ਫਿਰ ਐਂ ਲੱਗਦਾ ਵੀ ਇਹ ਡਿਜ਼ਰਵ ਕਰਦਾ ਨਹੀਂ ਮੈਂ ਨਾਂ ਨਹੀਂ ਲੈਣੇ ਨਹੀਂ ਨਹੀਂ ਜਿਵੇਂ ਦੱਸ ਤੋਂ ਕੋਈ ਵੀ ਨਾਂ ਨਹੀਂ ਲੈਣੇ ਦੇਖੋ ਉਹਦੇ ਲਈ ਸੈਂਸਰ ਲੈਣਾ ਪੈਣਾ ਅਜੇ ਕੋਈ ਤੇ ਇੱਕ ਅੰਦਾਜ਼ਾ ਚੱਲੋ ਨਹੀਂ ਪਿੰਡ 'ਚ ਬਹੁਤ ਰੱਖਿਆ ਯਾਰ ਕੁਕੜੂ ਕੁਫ ਅਨਾ ਉਹ ਨੂੰ ਦੇਖ ਕੇ ਲੱਗਦਾ ਸੀ ਵੀ ਇਹ ਜਈਆ ਇਹ ਜਈਆ ਪੁੱਠੇ ਨਾ ਮੈਂ ਤਾਂ ਬਹੁਤ ਮੇਰੇ ਘਰੇ ਲਾਮੀ ਵੀ ਬਹੁਤ ਆਏ ਵੀ ਤੁਹਾਡਾ ਪੁੱਠੇ ਨਾਲ ਲੈ ਕੇ ਜਾਂਦਾ ਇਹਨੂੰ ਸਿੱਧੇ ਨਾਲ ਲੈਣਾ ਪਿੰਡ 'ਚ ਤਾਂ ਆਮ ਗੱਲ ਆ ਹਾਂ ਹਰੇਕ ਦਾ ਪੁੱਠਾ ਨਾ ਹੁੰਦਾ ਪਿੰਡ 'ਚ ਇੱਥੇ ਭੋਲੇ 'ਚ ਇੱਕ ਡਾਇਲੋਗ ਵੀ ਆ ਹੂੰ ਕਹਿੰਦਾ ਜੀ ਸਾਡੇ ਪਿੰਡ ਨਾ ਵੀ ਜਿਹੜੇ ਪੂਰੇ ਨਾਂ ਹੈ ਨਾ ਉਹਦੇ ਹੀ ਪਤਾ ਲੱਗਦਾ ਜਦੋਂ ਪਾਸਪੋਰਟ ਦੀ ਇਨਕੁਆਰੀ ਆਉਂਦੀ ਹੈ ਇਹ ਅੱਛਾ ਹੈ ਸੜਾ ਹੁੰਦਾ ਦਾ ਵੱਡਾ ਹੈ ਨਹੀਂ ਤਾਂ ਕਹਿੰਦਾ ਪੁੱਠੀ ਚੱਲਦੇ ਆ ਸਾਡੇ ਪਿੰਡਾਂ 'ਚ ਪੰਡਾ ਕੀ ਰੱਖਿਆ ਗਿਆ ਮੇਰਾ ਪਿੰਡ 'ਚ ਨਾ ਮੈਨੂੰ ਜੱਗਾ ਕਹਿੰਦੇ ਸੀ ਜੰਗਾ ਹਾਂ ਜਾਸੂਸ ਨਹੀਂ ਜੱਗਾ ਹੀ ਕਹਿੰਦੇ ਸੀ ਜੱਗਾ ਢਾਕੂ ਗੁੱਦਾਂ ਦਾ ਸੀ ਨਾਕੂ ਐਸਾ ਹਾਂ ਕਿਉਂਕਿ ਸ਼ੁਰੂ ਤੋਂ ਨਾ ਮੇਰਾ ਪਿੰਡ ਜੋ ਹੀ ਸੀਗਾ ਬਾਕੀ ਹਰੇਕ ਨੇ ਬ੍ਰਦਰ ਕੁਝ ਹੋਰ ਕਹਿ ਲੈਂਦਾ ਸੀਗਾ ਖੇਡਣ ਵਾਲੇ ਕੁਝ ਹੋਰ ਕਹਿ ਲੈਂਦੇ ਸੀਗੇ ਸੋ ਅਲੱਗ-ਅਲੱਗ ਨਾਮ ਸੀਗੇ ਸਭ ਦੇ ਮੇਰਾ ਕੀ ਹੋਊਗਾ ਚਲੋ ਦੱਸ ਤੁਹਾਡਾ ਵੀ ਕੁਝ ਰੱਖਿਆ ਹੈ ਖਰਾਫਾਤੀ ਨਾਮ ਨਾ ਮੈਂ ਕੁਝ ਹੋਰ ਨਾਂ ਲੈ ਲਵਾ ਤੂੰ ਆਪ ਹੀ ਦੱਸ ਨਾ ਤੁਹਾਨੂੰ ਕੀ ਕਰਦੇ ਤੁਸੀਂ ਜਿਹਦਾ ਨਾਮ ਰੱਖੇ ਤੁਹਾਡੇ ਦਿਮਾਗ 'ਚ ਮੇਰੇ ਲਈ ਕੀ ਨਾਮ ਆਉਂਦਾ ਕੋਈ ਵੀ ਰੱਖ ਦਿਓ ਮੈਨੂੰ ਬੁਰਾ ਲੱਗੇਗਾ ਕਿਉਂਕਿ ਬੁਲਾਉਂਦੇ ਸੀ ਆਲਰੇਡੀ ਅੱਜ ਤੱਕ ਬੁਲਾਉਂਦੇ ਹਾਂ ਕੀ ਕਹਿੰਦੇ ਤੁਸੀਂ ਦੱਸ ਨਹੀਂ ਮੈਂ ਕੋਈ ਜੱਜ ਨਹੀਂ ਕਰ ਸਕਦਾ ਤੁਸੀਂ ਕਿਹੜੀ ਜਗ੍ਹਾ ਤੋਂ ਹਿਮਾਚਲ ਤੋਂ ਨਹੀਂ ਨਹੀਂ ਕਬੂਰਚਾ ਅੱਛਾ ਕਬੂਰਚਾ ਰਾਈਟ ਵਾ ਲੈ ਇੱਥੇ ਹੀ ਫੜੇ ਗਏ ਤਾਨੂੰ ਦੇਖ ਕੇ ਤਾਂ ਉਹ ਗਾਣਾ ਹੀ ਯਾਦ ਆ ਜਾਂਦਾ ਮੈਨੂੰ ਆਏ ਹਿਮਾ ਚੱਲੋ ਮਾਰੀ ਕਿਹੜਾ ਗਾਣਾ ਸੀਗਾ ਉਹ ਹਾਂ ਹੈਗਾ ਸੀ ਨਾ ਨਾ ਆਈ ਡੋਨਟ ਨੋ ਮੈਂ ਇਦਾਂ ਦਾ ਚਾ ਨਹੀਂ ਲਾ ਸਕਦਾ ਕੋਈ ਮਤਲਬ ਇਦਾਂ ਐਨੀਮਲ ਦਾ ਰੱਖ ਲੰਦੇ ਸੀ ਨਾ ਪਤਲੀ ਆ ਨਾ ਮੈਂ ਅੱਛਾ ਬਿੱਲੀ ਟਾਈਪ ਨੋ ਨੋ ਹਾਂ ਇੱਕ ਜਿੱਦਾਂ ਪੋਏ ਕੋਈ ਪੁੰਡੀ ਅੱਛਾ ਪੁੰਡੀ ਤਾਹ ਹੀ ਦੋ ਪੁੰਡੀ ਅਸੀਂ ਮੁੰਡੇ ਦਾ ਨਾਮ ਰੱਖਿਆ ਸੀਗਾ ਪੁੰਡੀ ਆ ਹਾਂ ਮੈਨੂੰ ਪੁੰਡੀ ਕਹਿੰਦੇ ਅੱਛਾ ਪੁੰਡੀ ਕਹਿੰਦੇ ਸੀ ਪਤਾ ਨਹੀਂ ਮੈਂ ਲੜਦੀ ਤੇ ਸੀਗੀ ਨਹੀਂ ਕਈ ਵਾਰ ਡਰਾਬਾ ਦੇ ਕੀ ਨਿਕਲ ਜਾਂਦੀ ਹੈ ਨਾ ਕੋਲੋਂ ਪੀ ਪੀ ਕਰਕੇ ਹੋ ਸਕਦਾ ਤਾਂ ਵੀ ਤੁਹਾਡਾ ਨਾਂ ਰੱਖਿਆ ਹੋਵੇ ਮੇਰਾ ਇਹ ਰੱਖਿਆ ਹੈ ਮੈਨੂੰ ਯਾਦ ਆ ਗਿਆ ਤਾਂ ਸਾਡੇ ਪਰ ਮੁੰਡਾ ਸੀਗਾ ਇੱਕ ਉਹਦਾ ਨਾਂ ਪੁੰਡੀ ਸੀਗਾ ਪੁੰਡੀ ਉਹਦਾ ਕਿਉਂ ਰੱਖਿਆ ਸੀਗਾ ਪਤਾ ਹੀ ਨਹੀਂ ਹੁਣ ਇਹ ਇਹ ਮੇਰੇ ਤੋਂ ਪਹਿਲਾਂ ਚੱਲਦਾ ਆ ਰਿਹਾ ਸੀ ਉਹਦਾ ਨਾਂ ਸਹੀ ਤੇ ਇਹ ਤਾਂ ਹੁਣ ਚੱਲਦਾ ਹੀ ਆ ਰਿਹਾ ਵੀ ਸਾਡੇ ਕਲਚਰ ਦਾ ਪਾਰਟ ਹੈ ਹਾਂ ਅੱਛਾ ਇਹ ਚੀਜ਼ਾਂ ਤੋਂ ਯਾਦ ਆਇਆ ਜਿੱਦਾਂ ਅਸੀਂ ਨਾਂ ਮੇਰੇ ਮਮਾ ਨਾਲ ਸੁਣਨੇ ਸਨ ਦੇ ਮੋਲਨੇ ਸਨ ਡੈਫੀਨਿਟ ਤੇ ਇਹ ਉਹ ਵੀ ਨਾ ਇਹਦਾ ਨਾਂ ਹੀ ਰੱਖਦੇ ਆ ਸਾਰਿਆਂ ਦੇ ਜਿਸ ਸਾਈਡ ਨੂੰ ਸਮਝ ਆਵੇ ਤੇ ਜਿਵੇਂ ਕੀ ਸਾਡੇ ਪੜੋਸੇ ਚ ਮੈਂ ਉਹਦੇ ਗੱਲ ਦਾਸ ਰਹੀ ਆਂ ਆਊਟ ਆਫ ਦਵੇ ਜਾ ਕੇ ਕਿ ਸਾਡੇ ਪਰੋਸੀ ਨਾ ਕੋਈ ਨਵੀਂ ਨਵਾਈ ਦੁਲਾ ਨਹੀਂ ਤੇ ਉਹਨੂੰ ਕਹਿਣਾ ਚੂੜੇ ਵਾਲੀ ਦੁਲਹਨ ਬਸ ਉਹਦਾ ਪਿਛਲੇ 15 ਸਾਲ ਤੋਂ ਇਹ ਨਾਮ ਰੱਖਿਆ ਚੂੜਾ ਤਾਂ ਕਦੋਂ ਦਾ ਉਤਰ ਗਿਆ ਨਾ ਹੀ ਉਹ ਰੱਖਦਾ ਨਾ ਹੀ ਉਹ ਰੱਖਦਾ ਇਦਾਂ ਦਾ ਤਾਂ ਚੀਜ਼ਾਂ ਬਹੁਤ ਹੁੰਦੀਆਂ ਨੇ ਇਹ ਵੀ ਜਿੱਥੋਂ ਆਇਆ ਹੋਵੇ ਕੋਈ ਸਾਡੇ ਪਿੰਡ ਵੀ ਕਹਿ ਹੁੰਦਾ ਵੀ ਆ ਮਾਜੇ ਤੋਂ ਆ ਇਧਰੋਂ ਆ ਨਾ ਉਹ ਚੀਜ਼ਾਂ ਹੈਗੀਆਂ ਬਈ अच्छा जब ये ਤੁਸੀਂ ਜ਼ਿੰਮੇਵਾਰੀਆਂ ਦੀ ਗੱਲ ਬਾਤ ਜਿੱਦਾਂ ਤੁਹਾਡੇ ਅੰਦਰ ਜੋ ਭੋਲਾ ਹੈ ਉਹ ਮੈਰਿਜ ਤੋਂ ਬਾਅਦ ਥੋੜਾ ਖਤਮ ਹੋਣ ਲੱਗ ਪਿਆ ਕਿਉਂਕਿ ਜ਼ਿੰਮੇਵਾਰੀ ਆ ਗਿਆ ਕਿ ਠੀਕ ਖਤਮ ਮੈਂ ਤਾਂ ਕਹੀ ਨਹੀਂ ਖਤਮ ਹੋਇਆ ਮੈਂ ਤਾਂ ਸੰਭਿਆ ਹੋਇਆ ਹੈ ਨਾ اچھا ਹਾਂ ਥੋੜਾ ਪਬਲੀਕਲੀ ਨਹੀਂ ਕਰ ਪਾਉਂਦੇ ਉਹ ਚੀਜ਼ਾਂ ਕਿਉਂਕਿ ਹੁਣ ਹਰ ਇੱਕ ਦੇ ਹੱਥ 'ਚ ਫੋਨ ਆ ਗਏ ਕਿਉਂਕਿ ਸੋਸ਼ਲ ਮੀਡੀਆ ਐਡਾ ਡੇਂਜਰ ਵੀ ਹੋ ਗਿਆ ਨਾ ਤੁਸੀਂ ਖੁੱਲ੍ਹ ਕੇ ਇੰਜੋਏ ਨਹੀਂ ਕਰ ਪਾਉਂਦੇ ਫਿਰ ਅਗਲਾ ਹੋਰ ਪਤਾ ਨਹੀਂ ਕਿੱਥੇ ਲਿਆ ਕੇ ਕੋਈ ਵੀਡੀਓ ਪਾ ਕੇ ਅਗਲਾ ਕਹਿੰਦਾ ਦੇਖੋ ਆ ਤਾਂ ਆ ਕਰਦੇ ਫਿਰਦੇ ਆ ਨਾ ਹਾਲਾਂਕਿ ਇਹ ਤਾਂ ਸਾਡੀ ਜੌਬ ਹੈ ਨਾ ਵੀ ਇੱਕ ਆਜਾ ਕਰੈਕਟਰ ਕਰਿਆ ਕਾਨੂੰ ਕੀ ਕਰਨਾ ਸੋ ਦੈਟਸ ਵਾਈ ਪਬਲੀਕਲੀ ਅਸੀਂ ਉਹਨਾਂ ਨੂੰ ਇੰਜੋਏ ਨਹੀਂ ਕਰ ਪਾਉਂਦੇ ਆਪਸ ਵਿੱਚ ਅਸੀਂ ਜ਼ਰੂਰ ਕਰਦੇ ਹਾਂ ਫੋਨ ਫਾਨ ਬਾਰਾ ਰੱਖ ਕੇ ਤੁਹਾਨੂੰ ਫੀਲ ਹੁੰਦੀ ਹੈ ਇਹ ਚੀਜ਼ ਮੈਨੂੰ ਬਹੁਤ ਫੀਲ ਹੁੰਦੀ ਹੈ ਵੀ ਇਹ ਨਾ ਫੋਨ ਜੇ ਸਭ ਨੂੰ ਕਿਉਂਕਿ ਹਰ ਬੰਦਾ ਪੱਤਰਕਾਰ ਬਣ ਗਿਆ ਹਰ ਇੱਕ ਨੂੰ ਐ ਲੱਗਦਾ ਵੀ ਮੈਂ ਜੋ ਵੀਡੀਓ ਬਣਾ ਰਿਹਾ ਮੇਰਾ ਰਾਈਟ ਹੈ ਦੈਟਸ ਠੀਕ ਹੈ ਸਮੇਂ ਦੇ ਹਿਸਾਬ ਨਾਲ ਚੀਜ਼ਾਂ ਬਦਲਦੀਆਂ ਪਰ ਆਰਟਿਸਟ ਤੇ ਬਹੁਤ ਗਾਜ ਡਿੱਗੀ ਹੈ ਜਾ ਉਹ ਵੀ ਲਾ ਲਓ ਕਿਉਂਕਿ ਕਿਸੇ ਦੀ ਗੱਲ ਕਿੱਥੇ ਲਿਆ ਕੇ ਜੋੜ ਦਿੰਦੇ ਆ ਉਹ ਫਿਰ ਸਹੀ ਨਹੀਂ ਰਹਿੰਦਾ ਇਸ ਕਰਕੇ ਹੁਣ ਜੋ ਮੈਂ ਕਹਿੰਨਾ 2014 ਸਾਡੇ ਰਿਕਾਰਡ ਪੁੱਛ ਲਓ ਜਿਹੜੇ ਯੂਨੀਵਰਸਿਟੀ ਪੜ੍ਹੇ ਆ ਪੀਯੂ ਚ ਅਸੀਂ ਤਾਂ ਖੁਰਾਫਾਤੀ ਐਨੇ ਸੀਗੇ ਹੁਣ ਨੂੰ ਤਾਂ ਸਾਡੇ ਗਾਹ ਪਿਆ ਹੁੰਦਾ ਵੀਡੀਓ ਦਾ ਨਾ ਜਿਹੜੇ ਹਿਸਾਬ ਨਾਲ ਅਸੀਂ ਸ਼ਰਾਰਤਾਂ ਕਰਦੇ ਸੀਗੇ ਵੀ ਹੁਣ ਨਹੀਂ ਕਰ ਪਾਉਂਦੇ ਯੈਸ ਅੱਜ ਵੀ ਜੀ ਕਰਦਾ ਕਿ ਅਸੀਂ ਉਵੇਂ ਹੀ ਰਹੀਏ ਉਵੇਂ ਹੀ ਚੱਲੀਏ ਉਵੇਂ ਹੀ ਫੀਲ ਕਰੀਏ ਫਿਰ ਅਗਲੇ ਦਾ ਪਤਾ ਨਹੀਂ ਕੀ ਯਾਰ ਰਿਕਾਰਡ ਕਰਕੇ ਕਿੱਥੇ ਪਾ ਦਵੇ ਤੇ ਪਿੱਛੇ ਕੀ ਲਿਖ ਦਵੇ ਸੁਣਨਾ ਤਾਂ ਕੁਝ ਹੁੰਦਾ ਨਹੀਂ ਫਿਰ ਲੋਕ ਜਦੋਂ ਉਧਰ ਨੂੰ ਤੁਰ ਪੈਂਦੇ ਆ ਫਿਰ ਥੋੜਾ ਜਿਹਾ ਪੈਡ ਫੀਲ ਹੁੰਦਾ ਤੇ ਹੁਣ ਆਰਟਿਸਟ ਲਾਈਫ ਜਾ ਕੇ ਆਮ ਜ਼ਿੰਦਗੀ ਆਮ ਇਨਸਾਨ ਵਾਲੀ ਜ਼ਿੰਦਗੀ ਫੀਲ ਕਰਦੋ ਕਿ ਹੋਣੀ ਚਾਹੀਦੀ ਸੀ ਮੈਂ ਤਾਂ ਚਾਹਨਾ ਕਿ ਮੈਂ ਉਹਵੇਂ ਰਵਾਂ ਅੱਜ ਵੀ ਮੈਂ ਕੋਸ਼ਿਸ਼ ਇਹੀ ਕਰਦਾ ਕਿ ਮੈਂ ਉਹਵੇਂ ਬਸ ਚ ਜਾਵਾਂ ਮੈਨੂੰ ਬਿਲਕੁਲ ਵਧੀਆ ਨਹੀਂ ਲੱਗਦਾ ਕਿ ਐ ਜੇ ਰਹੀਏ ਆਪਾਂ ਲੋਕ ਕੇ ਜੇ ਰਹੀਏ ਸਿਕਿਉਰਿਟੀ ਚ ਰਹੀਏ ਬਹੁਤ ਜੀ ਕਰਦਾ ਹੂੰ ਮੇਰੀ ਇਹ ਬਟ ਥੋੜਾ ਜਿਹਾ ਡਰ ਲੱਗਦਾ ਕਿ ਹੁਣ ਸਮਾਂ ਉਹਵੇਂ ਨਹੀਂ ਰਿਹਾ ਕਿ ਘਰਦਿਆਂ ਨੂੰ ਫਿਕਰ ਹੁੰਦੀ ਹੈ ਆਪਣੇ ਪਰਿਵਾਰ ਨੂੰ ਫਿਕਰ ਹੁੰਦੀ ਹੈ ਵੀ ਥੋੜਾ ਜਿਹਾ ਤੂੰ ਬਹੁਤ ਡਾਇਰੈਕਟ ਹੋ ਪੈਣਾ ਹੈ ਹਰ ਇੱਕ ਦਿਨ ਅਤਬਾਰ ਨਹੀਂ ਕਰੀਦਾ ਹੁਣ ਸਮਾਂ ਹੀ ਇਦਾਂ ਦਾ ਕੀ ਕਰੀਏ ਕਿ ਮੈਂ ਤਾਂ ਚਾਹਨਾ ਵੀ ਮੈਂ ਉਵੇਂ ਰਵਾਂ ਮੈਂ ਉਵੇਂ ਹੀ ਜਾਵਾਂ ਹਨਾ ਵੀ ਕਿਸੇ ਤੇ ਨਾ ਤਬਾਰ ਕਰਿਆ ਕਰੂ ਕਿਸੇ ਦਾ ਕੁਝ ਨਹੀਂ ਪਤਾ ਗਾਏ ਗਾਏ ਇਹ ਚੀਜ਼ਾਂ ਕਰਕੇ ਤੁਹਾਨੂੰ ਕਈ ਵਾਰ ਫੀਲ ਨਹੀਂ ਹੁੰਦਾ ਕਿ ਜਿੱਦਾਂ ਫੋਰਨ ਕੰਟਰੀ ਜਿੱਦਾਂ ਕੈਨੇਡਾ ਆਸਟ੍ਰੇਲੀਆ ਜਾਂ ਦੁਬਈ ਇਹ ਸੇਫ ਹੈ ਇੰਡੀਆ ਨਾਲੋਂ ਨਹੀਂ ਇਦਾਂ ਉਵੇਂ ਸੇਫਟੀ ਵੱਜੋਂ ਨਹੀਂ ਉੱਥੇ ਇਸ ਕਰਕੇ ਸੇਫ ਹੈ ਉੱਥੇ ਹਰੇਕ ਨੂੰ ਕੰਮ ਨਾਲ ਕੰਮ ਹੈ ਜਿੱਦਣ ਇੱਥੇ ਵੀ ਇਹ ਕਲਚਰ ਆ ਗਿਆ ਗੱਲ ਇੱਥੇ ਵੀ ਕੁਝ ਨਹੀਂ ਸਿਕਿਉਰਿਟੀ ਤਾਂ ਆਇਆ ਤਾਂ ਇਦਾਂ ਦਾ ਕੁਝ ਹੁੰਦਾ ਹੀ ਨਹੀਂ ਨਾ ਹੁਣ ਡੌਲਾ ਇਹ ਕਿਉਂ ਬੰਬੇ ਕ੍ਰਾਈਮ ਘੱਟ ਕਿਉਂ ਆ ਕਦੇ ਵੀ ਦੇਖ ਲਿਓ ਕਦੇ ਤੁਹਾਨੂੰ ਛੇਤੀ ਕਿਤੇ ਬੰਬੇ ਦੀ ਨਿਊਜ਼ ਨਹੀਂ ਮਿਲੂਗੀ ਕੱਤੇ ਕ੍ਰਾਈਮ ਹਾਂਜੀ ਕਦੇ ਬੰਬੇ ਰਿਓ ਜਾ ਕੇ ਲਾਈਫ ਖਾਸ ਤੌਰ ਤੇ ਕੁੜੀਆਂ ਦੇ ਮਾਮਲੇ ਚ ਰਾਤ ਨੂੰ 3 ਵਜੇ ਵੀ ਦੇਖ ਲਿਓ ਉਹ ਕੰਮ ਚੁੱਲਦੇ ਰਹਿੰਦੇ ਆ ਕਿਉਂਕਿ ਉੱਥੇ ਰੈਂਟ ਬਹੁਤ ਜ਼ਿਆਦਾ ਤੇ ਹਰ ਬੰਦੇ ਨੂੰ ਕੰਮ ਕਰਨਾ ਪੈਂਦਾ ਹਰ ਬੰਦਾ ਤੁਹਾਨੂੰ ਉੱਥੇ ਇਮਾਨਦਾਰ ਮਿਲੂਗਾ ਵੈਸੇ ਨਹੀਂ ਕਹਿ ਰਿਹਾ ਤੁਸੀਂ ਜਾ ਕੇ ਚੈੱਕ ਵੀ ਕਰ ਲਿਓ ਦਿੱਲੀ ਬਹੁਤ ਕ੍ਰਾਈਮ ਮਿਲੂਗਾ ਤੁਹਾਨੂੰ ਕਿਉਂਕਿ ਬੰਬੇ ਜਿਹੜਾ ਵੀ ਆਇਆ ਉਹ ਬਹੁਤ ਘੈਂਟ ਬੰਦਾ ਉਹੀ ਰਹਿ ਸਕਦਾ ਉੱਥੇ ਜਿਹੜਾ ਕੰਮ ਕਰੂਗਾ ਕੰਮ ਨਾਲ ਜਦੋਂ ਕੰਮ ਹੁੰਦਾ ਨਾ ਫਿਰ ਹਰ ਇੱਕ ਦਾ ਕੰਮ ਤੁਹਾਨੂੰ ਕੰਮ ਲੱਗਦਾ ਇਸ ਕਰਕੇ ਉੱਥੇ ਕੁੜੀਆਂ ਰਾਤ ਨੂੰ ਸੇਫ ਨੇ ਜਿੰਨੀ ਲਿਬਰਟੀ ਕੁੜੀਆਂ ਨੂੰ ਬੰਬੇ 'ਚ ਜਾਂ ਕਿਤੇ ਨਹੀਂ ਹੁੰਦੀ ਇੰਡੀਆ 'ਚ ਥੈਟਸ ਵਾਈ ਜਦੋਂ ਇਹ ਕਲਚਰ ਇੱਥੇ ਵੀ ਆ ਗਿਆ ਤਾਂ ਜਿਹੜਾ ਪ ਕਹਿ ਸਕਦੇ ਆ ਵੀ ਜਦੋਂ ਕੋਈ ਕੰਮ ਨਹੀਂ ਤਾਂ ਫਿਰ ਉਹ ਵੇਲਾ ਟਾਈਮ ਸਪੈਂਡ ਸੋਸ਼ਲ ਮੀਡੀਆ ਤੇ ਕਰਦਾ ਤੁਹਾਨੂੰ ਲੱਗਦਾ ਹਰ ਛਿਗਾ ਦੇ ਆਪਾਂ opinion ਦਈਏ ਤਾਂ ਫਿਰ ਚੀਜ਼ਾਂ ਬਦਲ ਜਾਂਦੀਆਂ ਨੇ ਓਵੇਂ ਹੀ ਐ ਦੁਬਈ ਦੀ ਗੱਲ ਕਰਦੇ ਹਾਂ ਬਾਹਰ ਦੀ ਗੱਲ ਕਰਦੇ ਹਾਂ ਬਾਹਰ ਜਾ ਕੇ ਸਿਆਣੇ ਕਿਉਂ ਹੋ ਜਾਂਦੇ ਨੇ ਕਿਉਂਕਿ ਛੱਡ ਪਰੇ ਵੀ ਰੋਟੀ ਖਾਣੀ ਐ ਇਸ ਚੀਜ਼ ਤੇ ਧਿਆਨ ਜ਼ਿਆਦਾ ਰਹਿਣਾ ਯੈਸ ਪੁਆਇੰਟ ਫਾਈਂਟ ਤੇ ਮਤਲਬ ਇਹ ਚੀਜ਼ਾਂ ਪੰਜਾਬੀ ਇੰਡਸਟਰੀ ਆ ਅਸੀਂ ਇੱਕ ਹਿੰਦੀ ਇੰਡਸਟਰੀ ਇਹ ਇਹ ਚੀਜ਼ਾਂ ਵੀ ਲਾ ਲੰਨੇ ਆ ਉੱਥੇ ਜਿੱਦਾਂ ਆਲਮੋਸਟ ਸਾਰਿਆਂ ਨੂੰ ਇਹ ਰਹਿੰਦਾ ਹੈ ਕਿ ਨਹੀਂ ਕੰਮ ਅੱਛਾ ਕਰਨਾ ਕਿਉਂਕਿ ਅਸੀਂ ਗਰੋ ਕਰਨਾ ਇੱਥੇ ਤਾਂ ਨੂੰ ਲੱਗਦਾ ਕਿ ਇੱਥੇ ਵੀ ਇਹ ਸੋਚ ਹੈਗੀ ਹੈ ਕਿ ਅੱਛਾ ਕਰਨਾ ਹੈ ਗਰੋ ਕਰਨਾ ਬਿਕੋਜ਼ ਆ ਸਮ ਟਾਈਮ ਆਈ ਫੀਲ ਕਿ ਇੱਕੋ ਚਿਹਰਾ ਚਲੋ ਕੋਈ ਬੁਰਾ ਨਾ ਮੰਨ ਜੇ ਇੱਕੋ ਚਿਹਰਾ ਸਾਨੂੰ ਬਾਰ-ਬਾਰ ਦਿਖ ਰਿਹਾ ਉਹ ਮੈਟਰ ਨਹੀਂ ਕਰਦਾ ਲੇਕਿਨ ਕਹਾਣੀ ਤਾਂ ਕੁਛ ਅਲੱਗ ਹੋਵੇ ਜਿੱਦਾਂ ਉਹ ਬੋਲੇ ਉਹ ਟ੍ਰੇਲਰ ਦਾ ਮੈਨੂੰ ਇੰਨਾ ਅੱਛਾ ਲੱਗਾ ਅਲੱਗ ਹੀ ਕਨਸੈਪਟ ਹੈਗਾ ਸੋ ਅਲੱਗ ਕਨਸੈਪਟ ਦੀ ਡਿਮਾਂਡ ਕੀਤੀ ਜਾ ਰਹੀ ਹੈ ਤੇ ਦੇਖੋ ਜਿੱਦਣ ਮੈਂ ਨਹੀਂ ਚਾਹੁੰਦਾ ਹਾਂ ਕਿ ਜੋ ਇੱਕ ਲਾਈਨ ਚੱਲ ਰਹੀ ਹੈ ਕਿ ਆਪਾਂ ਉਹਨੂੰ ਮਿਟਾ ਸਕਦੇ ਹਾਂ ਸਿਸਟਮ ਨੂੰ ਕਦੇ ਚੇਂਜ ਨਹੀਂ ਕਰ ਸਕਦੇ ਇਹ ਇਕੱਲਾ ਫਿਲਮਾਂ ਦਾ ਨਹੀਂ ਇਹ ਹਰ ਫੀਲਡ 'ਚ ਹੈ ਜਦੋਂ ਉਹਦੇ ਬਰਾਬਰ ਇੱਕ ਕੋਈ ਹੋਰ ਕੰਪੀਟੀਸ਼ਨ 'ਚ ਆ ਜਾਂਦਾ ਫਿਰ ਕੰਪੇਅਰ ਹੋਣ ਲੱਗ ਜਾਂਦਾ ਤਾਂ ਮੈਨੂੰ ਲੱਗਦਾ ਜਦੋਂ ਇਦਾਂ ਦੀਆਂ ਤਾਂ ਉਹਨਾਂ ਨੂੰ ਵੀ ਮਿਹਨਤ ਕਰਨੀ ਪਊਗੀ ਹਾਂ ਗਾਹ ਨੂੰ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗੂਗਾ ਵੀ ਨਹੀਂ ਹੁਣ ਨਹੀਂ ਇਹ ਗੱਲ ਚੱਲਣੀ ਹੁਣ ਸਾਨੂੰ ਮਿਹਨਤ ਕਰਨੀ ਹੀ ਪੈਣੀ ਹੈ ਚਾਹੇ ਕੋਈ ਵੀ ਹੈ ਫਿਲਮ ਇੱਕ ਹੈ ਜਾ ਫੀਲਡ ਹੈ ਜਿੱਦੇ ਚ ਜਮਾ ਲੋਕ ਉਹ ਨਹੀਂ ਕਰਦੇ ਦੁੱਧ ਦਾ ਦੁੱਧ ਦੁੱਧਾ ਪਾਣੀ ਦਾ ਪਾਣੀ ਕਰ ਦਿੰਦੇ ਆ ਜੇ ਨਹੀਂ ਚੰਗੀ ਤਾਂ ਪਈ ਨਹੀਂ ਹਿੰਦੀ ਚ ਤਾਂ ਇਹ ਹੁੰਦਾ ਯੈਸ ਯੈਸ ਆਪਣੀ ਦੀ ਹੌਲੀ ਹੌਲੀ ਹੋਣ ਲੱਗ ਜੂਗਾ ਜਦੋਂ ਇਹ ਇੰਡਸਟਰੀ ਥੋੜੀ ਜੀ ਹੋਣ ਲੱਗ ਗਈ ਹੋਵੇ ਦੀ ਅੱਜ ਵੀ ਦੇਖ ਲਓ ਬਹੁਤ ਲੋਕ ਨੇ ਜਿਹੜੇ ਕਹਿੰਦੇ ਆ ਵੀ ਸੇਮ ਕਨਸੈਪਟ ਜੀਮ ਪਰ ਜਦੋਂ ਦੇਖਣ ਜਾਂਦੇ ਆ ਦੇਖਣ ਵਾਲੇ ਕੋਈ ਹੋਰ ਨੇ ਰਿਵਿਊ ਕਰਨ ਵਾਲੇ ਕੋਈ ਹੋਰ ਨੇ ਜਿੱਦਨ ਉਹ ਸਾਰੇ ਸੇਮ ਚੀਜ਼ ਉਹਨਾਂ ਨੂੰ ਸਮਝ ਲੱਗੀ ਸੋ ਦੇਖਿਓ ਫਿਰ ਚੀਜ਼ਾਂ ਕਿਵੇਂ ਬਦਲਣਗੀਆਂ ਇਹ ਚੀਜ਼ ਹੈਗੀ ਮੈਟਾਕਾਰਦੀ ਜਿਵੇਂ ਮੈਂ ਪਿੱਛੇ ਵੀ ਦੋ ਤਿੰਨ ਵਾਰ ਬੋਲ ਚੁੱਕੀ ਆ ਉਹਨ ਕਹਿੰਦੇ ਥੀਏਟਰ ਚ ਲੋਕ ਜਾਂਦੇ ਨਹੀਂ ਕਿਉਂਕਿ OTT ਆ ਗਿਆ ਥੀਏਟਰ ਚ ਲੋਕ ਜਾਂਦੇ ਨਹੀਂ ਲੇਕਿਨ ਪਿੱਛੇ ਜਿਹੜੀ ਫਿਲਮਾਂ ਆਈਆਂ ਵਾ ਥੀਏਟਰ ਵਾਲੀਆਂ ਨਹੀਂ ਸੀਗੀਆਂ ਮਤਲਬ ਨਹੀਂ ਮੈਂ ਹਿੰਦੀ ਦੀ ਗੱਲ ਕਰ ਲੈਂਦੇ ਹਾਂ ਉਹ ਜਿਹਦਾ ਐਨੀਮਲ ਆਈ ਸੀਗੀ ਉਸ ਤੋਂ ਬਾਅਦ ਆ ਡੰਕੀ ਵੀ ਕਾਫੀ ਹੱਦ ਤੱਕ ਚੱਲੀ ਐ ਇਹ ਜਵਾਨ ਆਈ ਸੀ ਹੈਨਾ ਇਹ ਵੀ ਤਾਂ ਆਡੀਅੰਸ ਆਪਣੇ ਕੋਲ ਲੈ ਕੇ ਆਈ ਖਿੱਚ ਕੇ ਕਿਉਂਕਿ ਕਨਸੈਪਟ ਬਹੁਤ ਅਲੱਗ ਸੀਗਾ ਤੇ ਪੰਜਾਬੀ ਇੰਡਸਟਰੀ ਚ ਕਿਉਂ ਦੇਖੋ ਫਿਲਮਾਂ ਦੇਖਣਾ ਮੈਨੂੰ ਲੱਗਦਾ ਸਿਰਫ ਇਸ ਚੀਜ਼ ਇੱਥੇ ਨਹੀਂ ਜੁੜਿਆ ਆਇਆ ਬਈ ਫਿਲਮ ਦੇਖ ਕੇ ਆਉਣੀ ਐ ਹਰ ਬੰਦਾ ਚਾਹੁੰਦਾ ਸੀ ਲਾਈਫ ਜੇ ਤੁਸੀਂ ਘਰੇ ਬੈਠੇ ਬੋਰ ਹੋ ਜਾਂਦੇ ਹੋਗੇ ਆ ਕਦੇ ਤੁਹਾਨੂੰ ਐ ਲੱਗਦਾ ਹੋਊਗਾ ਵੀ ਅਸੀਂ ਆਊਟਿੰਗ ਕਰੀਏ ਆਪਣੇ ਪਰਿਵਾਰ ਨਾਲ ਉਹ ਜ਼ਰੂਰੀ ਵੀ ਹੈ ਘਰੇ ਤੇ ਤਾਂ ਕੈਦ ਹੋ ਜਾਊਗਾ ਨਾ ਕੰਮ ਤੁਹਾਨੂੰ ਹਰ ਚੀਜ਼ ਘਰੇ ਮਿਲਣ ਲੱਗ ਜੀ ਮੈਂ ਕਹਿੰਦਾ ਵੀ ਤੁਹਾਨੂੰ ਪੈਸਾ ਵੀ ਘਰੇ ਆ ਜਾਇਆ ਕਰੂਗਾ ਮੈਂ ਤੁਹਾਨੂੰ ਇਹ ਆਫਰ ਦਿੰਦਾ ਵੀ ਤੁਸੀਂ ਇੱਕ ਕਮਰੇ 'ਚ ਰਹਿਣਾ ਤੁਹਾਨੂੰ ਹਰ ਚੀਜ਼ ਮਿਲੋਗੇ ਤੁਸੀਂ ਕਿੰਨਾ ਟਾਈਮ ਸਪੈਂਡ ਕਰ ਰਹੇ ਹੋ ਇਹ ਘਟੂਆ ਮਰਾਵੇ ਪੈਸਾ ਵੀ ਰੇ ਅਸੀਂ ਜ਼ਿੰਦਗੀ ਜਿਉਣੀ ਹੈ ਪੁਆਇੰਟ ਯੈਸ ਫਿਲਮਾਂ ਗੱਲਾਂ ਫਿਲਮ ਦੇਖਣ ਤੇ ਡਿਪੈਂਡਿੰਗ ਕਰਦਾ ਤੋ ਇੱਕ ਬਹਾਨਾ ਹੋ ਜਾਂਦਾ ਕਿ ਅੱਛਾ ਫਿਰ ਹੁਣ ਅਸੀਂ ਆਊਟਿੰਗ ਕਰਕੇ ਆਵਾਂਗੇ ਇਸ ਫਿਲਮ ਦੇ ਬਹਾਨੇ ਨਾਲੇ ਅਸੀਂ ਇੰਜੋਏ ਕਰਾਂਗੇ ਨਾਲੇ ਦੇਖਾਂਗੇ ਤੇ ਦਰਸ਼ਕ ਉਸ ਚੀਜ਼ ਨੂੰ ਚੁਣ ਲੈਂਦਾ ਕੱਲੀ ਫਿਲਮ ਥੋੜੀ ਦੇਖਦਾ ਉਹ ਆਲਸ ਵਾਸਤੇ ਖਾ ਪੀ ਕੇ ਵੀ ਆਉਂਦਾ ਹੈ ਉਹ ਇੰਜੋਏ ਵੀ ਕਰਕੇ ਆਉਂਦਾ ਫਿਰ ਉਹ ਜਿਹੜੀ ਚੀਜ਼ ਨੂੰ ਪਸੰਦ ਆ ਉਹ ਦੇਖ ਕੇ ਆਉਂਦਾ ਫਿਰ ਮਾਲ 'ਚ ਜਿਹੜੀ ਵੀ ਮਾਰ ਆਉਂਦਾ ਸ਼ਾਪਿੰਗ ਵੀ ਕਰ ਆਉਂਦਾ ਸੋ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ ਸੋ ਮੈਨੂੰ ਲੱਗਦਾ ਕਿ ਇੱਕ ਚੀਜ਼ ਤੇ ਨਹੀਂ ਖੜੀ ਐ OTT ਆਇਆ ਜ਼ਰੂਰ ਐ OTT ਨੇ ਬਹੁਤ ਚੀਜ਼ਾਂ ਬਦਲੀਆਂ ਮੈਂ ਇਹ ਕਹਿੰਨਾ ਉਹਦੇ ਨਾਲ ਕੀ ਹੋਇਆ ਕਿ ਦਰਸ਼ਕ ਨੇ ਹਰ ਵੈਬ ਸੀਰੀਜ਼ ਹਰ ਦੁਨੀਆ ਦੀ ਉਹ ਚੀਜ਼ ਦੇਖ ਲਈ ਉਹਨਾਂ ਨੂੰ ਇੱਕ ਟੇਸਟ ਪਤਾ ਲੱਗ ਗਿਆ ਕਿ ਉਹ ਲੋਕ ਕਿੱਥੇ ਆਪਾਂ ਕਿੱਥੇ ਖੜੇ ਆ ਅੱਜ ਵੀ ਦੇਖ ਲਉ ਮੈਂ ਘਰੇ OTT ਤੇ ਬਹੁਤ ਦੇਖਦਾ ਹੁਣ ਮੈਂ ਅੱਕ ਗਿਆ ਦੇਖ ਦੇਖ ਕੇ ਹਨਾ ਮੈਨੂੰ ਐ ਲੱਗਦਾ ਮੈਂ ਕੋਈ ਬਾਹਰ ਜਾ ਕੇ ਯਾਰ ਕੁਝ ਚੀਜ਼ ਦੇਖ ਕੇ ਆ ਹੁਣ ਜੋ ਘਰੇ ਬੈਠੇ ਤੁਸੀਂ ਬੋਰ ਹੋ ਜਾਂਦੇ ਆ ਘਰੇ ਬੈਠੇ ਵਧੀਆ ਤੋਂ ਵਧੀਆ ਚੀਜ਼ ਵੀ ਤੁਹਾਨੂੰ ਐ ਲੱਗਦੀ ਆ ਵੀ ਠੀਕ ਐ ਸਿਨੇਮਾ ਨਾ ਜਿਹੜਾ ਤੁਸੀਂ ਟਾਈਮ ਕੱਢ ਕੇ ਜਾ ਰਹੇ ਹੋ ਸਪੀਕਰ ਲੱਗੇ ਹੋਏ ਨੇ ਵੱਡੀ ਸਕਰੀਨ ਆਸੇ ਪਾਸੇ ਤੁਹਾਨੂੰ ਰਿਸਪੌਂਸ ਮਿਲਦਾ ਐ ਯੈਸ ਫਿਰ ਤਾਂ ਕਲਾਸ ਸਕੂਲ ਵੀ ਬੰਦ ਹੋ ਜਾਣੇ ਚਾਹੀਦੇ ਐ এডਿਕੇਸ਼ਨ ਘਰੇ ਆਨਲਾਈਨ ਲਾਉ ਨਾ এডਿਕੇਸ਼ਨ ਅਸੀਂ ਬਾਹਰ ਕਿਉਂ ਜਾਂਦੇ ਆ ਇਸ ਕਰਕੇ ਜਾਂਦੇ ਆ ਕਿਉਂਕਿ ਸਾਨੂੰ ਰਹਿਣ ਸਹਿਣ ਦਾ ਸਾਨੂੰ ਦੁਨੀਆਦਾਰੀ ਦਾ ਪਤਾ ਲੱਗੇ ਉਵੇਂ ਫਿਲਮ ਐ ਸਨਮੇ ਨੂੰ ਕੋਈ ਖਤਮ ਨਹੀਂ ਕਰ ਸਕਦਾ ਪਰ ਲੋਕ ਹੁਣ ਇਹ ਜ਼ਰੂਰ ਹੋ ਗਏ ਆ ਇੱਕ ਚੰਗੀ ਚੀਜ਼ ਚੁਣ ਲੈਂਦੇ ਆ ਵੀ ਇਹਨੂੰ ਅਸੀਂ ਦੇਖ ਆਹ ਟ੍ਰੇਲਰ ਸਾਨੂੰ ਵਧੀਆ ਲੰਘਿਆ ਆਹ ਦੇਖ ਕੇ ਆਵਾਂਗੇ ਆ ਇਫੈਕਟ ਪੈ ਸਕਦਾ ਜਿਵੇਂ ਅਗਰ ਜਨਵਰੀ ਦੀ ਲਗਾ ਕੇ ਚੱਲੀਏ ਫਿਲਮਾਂ ਹੈ ਨਾ ਅਗਰ 5 ਜਾਂ 7 ਫਿਲਮਾਂ ਰਿਲੀਜ਼ ਹੋਈਆਂ ਔਡੀਅன்ஸ் ਨੂੰ ਪੰਜ-ਛੇ ਫਿਲਮਾਂ ਨਹੀਂ ਬਸਾਂਦਾ ਆਇਆ ਫਿਰ ਅਗਲੀ ਸੱਤਵੀਂ ਵੀ ਦੇਖਣੇ ਜਾਏ ਅਫੈਕਟ ਪੈਂਦਾ ਨਹੀਂ ਨਹੀਂ ਮੈਨੂੰ ਲੱਗਦਾ ਡਿਸਾਈਡ ਕਰ ਲੈਂਦੇ ਆ ਲੋਕ ਦੇਖ ਕੇ ਟ੍ਰੇਲਰ ਹੀ ਇੰਟਰਵਿਊ ਚ ਤਾਂ ਸਾਰੇ ਔਸਕਰ ਹੀ ਲੈਂਦੇ ਆ ਵੀ ਅਸੀਂ ਐ ਬਣਾਤਾ ਐ ਬਣਾਤਾ ਨਾ ਅਸੀਂ ਚੱਕ ਤੇ ਪੱਟੇ ਅਸੀਂ ਢੇਰੀਆਂ ਲਿਆਤੀਆਂ ਤੁਸੀਂ ਦੇਖਿਆ ਹੋ ਨਾ ਅਸਲੀ ਡਿਸਾਈਡ ਕਰਦਾ ਤੁਹਾਡਾ ਟ੍ਰੇਲਰ ਤੁਹਾਡਾ ਕਨਸੈਪਟ ਤੁਹਾਡਾ ਕੰਟੈਂਟ ਵੀ ਕੀ ਕਹਿਣਾ ਚਾਹੁੰਦੇ ਫਿਰ ਹੌਲੀ-ਹੌਲੀ ਹੁਣ ਜੇ ਮੈਂ ਕੋਈ ਚੰਗੀ ਫਿਲਮ ਦੇਖ ਕੇ ਆਇਆ ਮੈਂ 12th ਫਿਲਮ ਦੇਖ ਕੇ ਆਇਆ ਸੀਗਾ ਉਹਨੇ ਕੋਈ ਓਪਨਿੰਗ ਥੋੜੀ ਕੀਤੀ ਐ ਫਿਲਮ ਨੇ ਵਧੀਆ ਕਰਦੇ ਕਰਦੇ ਉਹ ਅਜੇ ਵੀ ਸਿਨਮਾ ਚ ਆ ਫਿਲਮ yes yes ਤੇ ਸਾਲ ਦੀ ਸਭ ਤੋਂ ਬੈਸਟ ਫਿਲਮ ਨਿਕਲੀ ਐ ਸੋ ਲੋਕ ਜਦੋਂ ਦੇਖਦੇ ਆ ਤਾਂ ਰਕਮੈਂਡ ਕਰਦੇ ਆ ਉਵੇਂ ਹੀ ਸਿਨਮਾ ਕਿ ਯਾਰ ਉਹ ਦੇਖ ਕੇ ਆ ਉਹ ਯਾਰ ਉਹ ਇੰਜੋਏ ਬਹੁਤ ਕੀਤਾ ਸੀ ਤੁਸੀਂ ਵੀ ਆਪਣੇ ਗਰੁੱਪਾਂ ਨਾਲ ਸਾਂਝੇ ਕਰਦੇ ਆ ਤਾਂ ਉਹ ਚੀਜ਼ ਤਾਂ ਹਮੇਸ਼ਾ ਰਹੂਗੀ right ਮੈਨੂੰ ਵੀ ਕੋਈ ਜਦੋਂ ਪੁੱਛਦਾ ਨਾ ਕਿ ਕਿਹੜੀ ਫਿਲਮਾਂ ਪਸੰਦ ਆਈਆਂ ਸਮ ਟਾਈਮ ਮੈਂ ਰਿਵਿਊ ਅੱਦੇ ਨਹੀਂ ਆਈ ਤੇ ਨਹੀਂ ਆਈ ਪੁੱਛਦਾ ਨਾ ਸੋ ਮੈਨੂੰ ਇੱਕ ਤੂਫੰਗ ਦਾ ਨਾਮ ਤੇ ਦਿਮਾਗ 'ਚ ਪੈ ਹੀ ਗਿਆ ਸੀਗਾ ਕਿ ਹਾਂ that concept ਬਹੁਤ ਮੈਂ ਉਹ ਜੇ ਅਗਰ ਅਗਰ ਤੁਸੀਂ ਫਿਲਮ ਡੁੰਗਾਈ ਤੇ ਜਾਣ ਲੱਪੇ ਗਲਤੀਆਂ ਕੱਢਣ ਲੱਪੇ ਉਹ ਤਾਂ ਬਹੁਤ ਸਾਰੀ ਨਿਕਲ ਜਾਂਦੀਆਂ ਲੇਕਿਨ 올ਓਵਰ ਤੁਸੀਂ ਮੀਡੀਅਮ ਕੋ ਸਾਊਂਡ ਇਫੈਕਟ ਕੋ ਡਾਇਰੈਕਸ਼ਨ ਕੋ ਬਹੁਤ ਸੋਹਣਾ ਕਨਸੈਪਟ ਬਣਾਇਆ ਗਿਆ ਤੇ ਤੁਫੰਗ ਹੋ ਗਿਆ ਗੋਡੇ-ਗੋਡੇ ਚਾ ਹੋ ਗਿਆ ਹੁਣੇ ਲੰਬੜਾ ਦਾ ਲਾਣਾ ਆਈ ਸੀ ਉਹ ਵੀ ਬਹੁਤ ਸੋਹਣਾ ਕਨਸੈਪਟ ਆਇਆ ਸੀਗਾ ਸੋ ਇਹ ਚੀਜ਼ਾਂ ਨਾਮ ਦਿਮਾਗ ਵਿੱਚ ਪੈ ਜਾਂਦਾ ਕਿ ਗੀਤ ਐਪੀ3 ਕੁਝ ਤਾਂ ਵਧੀਆ ਕਰ ਰਿਹਾ ਕੁਝ ਤਾਂ ਕੋਸ਼ਿਸ਼ ਤਾਂ ਹੀ ਰਹਿੰਦੀ ਹੈ ਕਿ ਅਸੀਂ ਵੀ ਓਪਨ ਹੈਮਰ ਬਣਾ ਲਈਏ ਇਨਸੈਪਸ਼ਨ ਬਣਾ ਲਈਏ ਹਨਾ ਗੱਲ ਇਹ ਨਹੀਂ ਹੁੰਦੀ ਮੈਨੂੰ ਲੱਗਦਾ ਕਿ ਜਿਹੜੀ ਸਾਡ ਦੀ ਟ੍ਰੇਨਿੰਗ ਹੋਈ ਆ ਮੈਨੂੰ ਇਨਾ ਕੌਨਫੀਡੈਂਸ ਆ ਵੀ ਅਸੀਂ ਕੁਝ ਵੀ ਬਣਾ ਸਕਦੇ ਹਾਂ ਜਦ ਤੱਕ ਉਹ ਵਿੰਡੋ ਤੇ ਸ਼ੁੱਕਰਵਾਰ ਨੂੰ ਨਹੀਂ ਖਰੀ ਉਤਰਦੀ ਉਹ ਨਹੀਂ ਬਣਨਾ ਇਹ ਸਭ ਫਾਲਤੂ ਗੱਲਾਂ ਨੇ ਕਿ ਸਿਨੇਮਾ ਚੇਂਜ ਹੋਣਾ ਚਾਹੀਦਾ ਆਡੀਅנס ਡਿਸਾਈਡ ਕਰੂਗੀ ਕਿ ਉਹਨੇ ਕੀ ਦੇਖਣਾ ਹਨ ਕਈ ਵਾਰੀ ਹੁਣ ਕਹਿ ਤਾਂ ਦਿੰਦੇ ਆ ਵੀ ਸਾਡੀ ਹਿਸਟਰੀ ਬਹੁਤ ਵਧੀਆ ਹੈ ਮੈਂ ਚਾਹੁੰਨਾ ਵੀ ਹਿਸਟਰੀ ਤੇ ਫਿਲਮਾਂ ਬਣਨ ਪਰ ਸਾਨੂੰ ਕੋਈ ਬਣਾਉਣ ਨਹੀਂ ਦਿੰਦਾ ਉਹਦੇ ਲਈ ਐਨਓਸੀ ਲੈਣੀ ਪੈਂਦੀ ਹੈ ਫਿਰ ਇਹ ਜਿਹੜੇ ਵਿਰੋਧ ਕਰਦੇ ਆ ਫਿਰ ਇਸ ਚੀਜ਼ ਤੇ ਕਹਿਣਦੇ ਕਿ ਤੁਸੀਂ ਇਹ ਇਹ ਦੇ ਨਾਂ ਦੇ ਫਿਲਮ ਨਹੀਂ ਬਣਾ ਸਕਦੇ ਹਨਾ ਫਿਰ ਉਦੋਂ ਉਹ ਚੀਜ਼ਾਂ ਹੋ ਜਾਂਦੇ ਆ ਕਿ ਤੁਸੀਂ ਇਹਨੂੰ ਯੂਜ਼ ਨਹੀਂ ਕਰ ਸਕਦੇ ਉਹ ਬਹੁਤ ਕੁਝ ਦੇਖਣਾ ਪੈਂਦਾ ਹਨਾ ਮੈਂ ਚਾਹੁੰਦਾ ਦਰਸ਼ਕ ਹੀ ਡਿਸਾਈਡ ਕਰਨ ਹਮ ਕਿਉਂ ਕੀ ਦੇਖਣਾ ਚਾਹੁੰਦੇ ਦਰਸ਼ਕ ਮਿਕਸ ਹੈ ਦਰਸ਼ਕ ਸਭ ਨਹੀਂ ਮੈਂ ਉਹ ਹੀ ਤਾਂ ਕਹਿ ਰਿਹਾ ਕਿ ਲਵਰ ਵੀ ਦੇਖਣਾ ਚਾਹੁੰਦੇ ਰੋਮਾਂਟਿਕ ਤੁਫੰਗ ਐਕਸ਼ਨ ਗੋਡੇ-ਗੋਡੇ ਚਾ ਪੁਰਾਣਾ ਪੀਰੀਡ ਸਭ ਦੇਖਣਾ ਚਾਹੁੰਦੇ ਉਹ ਹਸੀ ਮਜ਼ਾਕ ਲੰਬੜਾ ਦਾ ਲਾਣਾ ਉਹ ਵੀ ਦੇਖਣਾ ਚਾਹੁੰਦੇ ਇੰਦਾ ਨਹੀਂ ਉਹ ਕਨਸੈਪਟ ਅੱਛਾ ਦੇਖਣਾ ਚਾਹੁੰਦੇ ਕੁਝ ਤਾਂ ਵੱਖਰਾੱਖਾ ਨੂੰ ਦਿਖੇ ਉਹ ਦੇਖਣਾ ਚਾਹ ਹਾਂ ਹਾਂ ਫਿਰ ਤਾਂ ਗੱਲ ਤਾਂ ਉੱਥੇ ਆ ਜਾਂਦੀ ਹੈ ਘੁੰਮ ਕੇ ਆਣਾ ਵੀ ਤੁਹਾਡਾ ਬਿਜ਼ਨਸ ਕਿੰਨਾ ਗਿਆ ਰਾਈਟ ਰਾਈਟ ਮੈਂ ਇੱਕ ਲਾਸਟ ਮੂਵੀ ਦੀ ਗੱਲ ਕਰਦੀ ਮੈਂ ਹਾਈ ਪਾਪਾ ਦੇਖਿਆ ਉਹਨੇ netflix ਤੇ ਸਾਊਥ ਦੀ ਹਮ ਕਨਸੈਪਟ ਬਿਲਕੁਲ ਸਿੰਪਲ ਹੈ ਕੁਝ ਵੀ ਇੰਦਾ ਨਹੀਂ ਲੱਗਿਆ ਲੇਕਿਨ ਨਜ਼ਰ ਨਹੀਂ ਹਟਦੀ ਜਿਸ ਤਸ ਹਿਸਾਬ ਨਾਲ ਉਹ ਬਣਾਈ ਜਾਂਦੀ ਆ ਮੂਵੀ ਨਜ਼ਰ ਨਹੀਂ ਹਟਦੀ ਕਿ ਬੰਦਾ ਮੈਂ ਨਾ ਬਹੁਤ ਨੋਟ ਕਰਨਾ ਵੈਸੇ ਸਾਡੇ ਮੇਰੇ ਸਰਕਲ ਚ ਵੀ ਬਹੁਤ ਆ ਨਾ ਯਾਰ ਐਨੀਮਲ ਬਣਾਤੀ ਉਹਨਾਂ ਨੇ ਆ ਨਾ ਫਿਲਮ ਇਹ ਇਹੀ ਐਨੀਮਲ ਪੰਜਾਬੀ ਚ ਬਣੀ ਹੁੰਦੀ ਮੈਂ ਉਹੀ ਬੰਦੇ ਗਰੰਟੀ ਨਾਲ ਕਹਿ ਦਿੰਦਾ ਕਿ ਉਹ ਗਾਲਾਂ ਕਢਦੇ ਹੂੰ ਉਹੀ ਇੰਗਲਿਸ਼ ਫਿਲਮ ਚ ਅਸੀਂ ਸਾਰੇ ਸੀਨ ਦੇਖ ਲੰਨੇ ਆ ਇਹ ਕਹਿ ਕੇ ਕਿ ਕਿਉਂਕਿ ਉਹਨਾਂ ਨੂੰ ਕੋਈ ਚੱਕਰ ਨਹੀਂ ਸਾਡੇ ਤਾਂ ਕੋਈ ਮਾੜਾ ਜਾਂ ਕੋਈ ਨੇੜੇ ਜਿਹੀ ਵੀ ਲੱਗ ਜੇ ਉੱਥੇ ਵੀ ਕਹਿ ਦਿੰਦਾ ਪਰਿਵਾਰ ਨਾਲ ਬੰਨ ਨਹੀਂ ਬੈਠ ਕੇ ਦੇਖੀ ਜਾ ਸਕੀ ਮੈਨੂੰ ਇਹ ਲੱਗਦਾ ਕਿ ਇੱਕ ਚੀਜ਼ ਜਦੋਂ ਕਲੀਅਰ ਹੋ ਗਈ ਇਹ ਸਾਰੇ ਮੁੱਦੇ ਕਲੀਅਰ ਹੋ ਗਏ ਹੁਣ ਆਪਾਂ ਕਬੀਰ ਸਿੰਘ ਹੈ ਪੰਜਾਬੀ ਕਰੈਕਟਰ ਹੈ ਐਨੀਮਲ ਦਾ ਵੀ ਪੰਜਾਬੀ ਕਰੈਕਟਰ ਹੈ ਨਾ ਪੰਜਾਬੀ ਬੈਕਗ੍ਰਾਉਂਡ ਤੋਂ ਹੈ ਸਭ ਕੁਝ ਇੱਥੇ ਹੀ ਹੋਇਆ ਕਿਤੋਂ ਨਹੀਂ ਗਿਆ ਇਹੀ ਇੱਥੇ ਬਣੀ ਹੋਈ ਅਰਜਨ ਆਪਣੇ ਬੱਬਲ ਭਾਜੀ ਨੂੰ ਕਿਸੇ ਨੇ ਪੁੱਛਣਾ ਵੀ ਨਹੀਂ ਸੀ ਆਪਾਂ ਗਾਣਾ ਕਿਸੇ ਫੇਮਸ ਸਿੰਗਰ ਵੱਡੇ ਸਟਾਰ ਤੋਂ ਗਵਾਉਂਦੇ ਅਰਜਨ ਵੈਲੀ ਤੋਂ ਕਿਉਂਕਿ ਉਹੀ ਤਾਂ ਚੱਕਰ ਹੈ ਨਾ ਇੱਥੇ ਅਸੀਂ ਲਿਆਏ ਹੁਣ ਮੰਨ ਲਓ ਅਸੀਂ ਕਿਸੇ ਦੀਆਂ ਆਵਾਜ਼ਾਂ ਲਈਆਂ ਸਾਨੂੰ ਸੌ ਸੌ ਨੂੰ ਪਿਆ ਯਾਰ ਇਹਨਾਂ ਨੂੰ ਤਾਂ ਕੋਈ ਜਾਣਦਾ ਤਾਂ ਹੈ ਨਹੀਂ ਹਰ ਮੋੜ ਤੇ ਸਾਨੂੰ ਸੁਣਨਾ ਪਿਆ ਹੈ ਇਹ ਚੀਜ਼ ਇਹ ਤਾਂ ਆਪਾਂ 뮤직 ਵੀਕ ਤੇ ਕਰਦੇ ਆਂ ਗੱਲ ਯਾਰ ਇਹ ਕੌਣ ਆ ਬੰਦਾ ਉਹ ਅਰਜਨ ਵੈਲੀ ਕਿੱਥੋਂ ਲੱਭ ਕੇ ਲੈ ਕੇ ਕਰ ਗਏ ਘਰ ਦਾ ਮੁਰਗੀ ਦਾਲ ਬਰਾਬਰ ਵਾਲਾ ਕੰਮ ਹੋਇਆ ਪਿਆ ਸਾਡੇ ਕੋਲ ਬਹੁਤ ਖਜ਼ਾਨਾ ਉਹ ਕਨਸੈਪਟ ਉਧਰੋਂ ਬਣਾਉਂਦੇ ਆ ਹਿੰਦੀ ਚ ਅਸੀਂ ਕਹਿ ਦਿੰਨੇ ਆ ਚੌੜੇ ਹੋ ਕੇ ਕਿ ਦੇਖੋ ਕਿ ਪੰਜਾਬੀਆਂ ਨੂੰ ਇਸ ਲੈਵਲ ਤੇ ਦਿਖਾਇਆ ਗਿਆ ਜਦੋਂ ਅਸੀਂ ਇੱਥੇ ਕੋਸ਼ਿਸ਼ ਕਰਦੇ ਆਂ ਤਾਂ ਉਹ ਚੀਜ਼ ਉਲਟੀ ਪੈ ਜਾਂਦੀ ਹੈ ਉਹੀ ਫਿਰ ਮੀਡੀਆ ਸਵਾਲ ਕਰਦਾ ਵੀ ਆਹ ਤੁਸੀਂ ਕੀ ਕਰਤਾ ਇਹ ਤਾਂ ਸਾਡੇ ਕਲਚਰ ਦਾ 파ਰਟੀ ਨਹੀਂ ਗਾਲਾਂ ਪੈਣੀਆਂ ਦਿਖਾ ਦਿੰਦਾ ਮੈਂ ਜੇ ਕਿਸੇ ਹੀ ਐਨੀਮਲ ਫਿਲਮ ਪੰਜਾਬੀ ਚ ਬਣੀ ਹੁੰਦੀ ਅ ਵਾਮਿਕਾ ਗੱਬੀ ਦੀ ਵੈਬ ਸੀਰੀਜ਼ ਆਈ ਪਿਛੇ ਹਾਂ ਤੇ ਇਹ ਇਸ ਉਹਨਾਂ ਨੂੰ ਮਿਲਿਆ ਉਹਨ ਤੇ ਪੰਜਾਬੀ ਇੰਡਸਟਰੀ ਚ ਨਹੀਂ ਆਣਗੇ ਤੁਹਾਨੂੰ ਇਦਾਂ ਫੀਲ ਹਾ ਮੈਨੂੰ ਲੱਗਿਆ ਮੈਨੂੰ ਲੱਗਿਆ ਉਹ ਬਹੁਤ ਗਰੋ ਕਰ ਰਹੀ ਹੈ ਗਰੋ ਕਰ ਕਿਉਂ ਉਹ ਅੱਗੇ ਵਧਣਾ ਚਾਹੀਦਾ ਹੈ ਨਾ ਇਹ ਇੱਕ ਕਲਾ ਹੈ ਨਾ ਇਹਨੂੰ ਤੁਸੀਂ ਐ ਕਦੇ ਵੀ ਨਹੀਂ ਦੇਖ ਸਕਦੇ ਹੌਲੀ ਹੌਲੀ ਮੈਨੂੰ ਲੱਗਦਾ ਸ਼ਾਇਦ 5-7 ਸਾਲਾਂ ਦਾ ਇੱਕ ਫਰਕ ਪੈ ਜਾਊਗਾ ਇਹਨਾਂ ਚੀਜ਼ਾਂ ਦਾ ਤੇ ਇਹ ਚੀਜ਼ਾਂ ਦਾ ਥੋੜੀ ਹੌਲੀ ਹੌਲੀ ਫਰਕ ਪੈ ਜਾਣਾ ਕਿ ਲੋਕ ਜੋ ਸੋਚਦੇ ਆ ਨਾ ਉਹਨਾਂ ਪ੍ਰਤੀ ਸੇਮ ਜਿੱਦਣ ਅਸੀਂ ਇਹਨਾਂ ਵਰਕ ਕਰਨ ਲੱਗ ਗਏ ਫੇਰ ਸਾਡੀਆਂ ਫਿਲਮਾਂ ਦੇਖਿਓ ਕਿੱਥੇ ਜਾਂਦੀਆਂ ਤੁਸੀਂ ਰੋਮਾਂਟਿਕ ਸੀਨ ਕਰ ਰਹੇ ਹੋ ਚਲੋ ਇੱਧਰ ਤੋਂ ਪਤਾ ਨਹੀਂ ਹੋਗਾ ਤੁਸੀਂ ਹਿੰਦੀ ਫਿਲਮ ਤੇ ਤੁਹਾਡੀ ਵਾਈਫ ਦਾ ਕੀ ਰਿਐਕਸ਼ਨ ਹੋਊਗਾ ਉਹ ਤਾਂ ਗੱਲ ਹੀ ਹੁੰਦਾ ਉਹ ਤਾਂ ਮੈਨੂੰ ਪੂਰੀ ਲਿਬਰਟੀ ਦਿੰਦੀ ਹੈ ਕਿ ਵੀ ਉੱਥੇ ਤਾਂ ਵੈਬ ਸੀਰੀਜ਼ ਦਾ ਤਾਂ ਬਹੁਤ ਉੱਪਰ ਤੱਕ ਸੋਚਦੇ ਆ ਉਹ ਹਨਾ ਉਹਨੇ ਕਦੇ ਨਹੀਂ ਮੈਨੂੰ ਕਹਿ ਸਕਿਆ ਉਹ ਸਕ੍ਰਿਪਟ ਪੜ੍ਹ ਕੇ ਕਹਿੰਦੀ ਹੈ ਕਈ ਵਾਰ ਮੈਨੂੰ ਲੱਗਣ ਲੱਗ ਜਾਂਦਾ ਅੱਛਾ Netflix ਦਾ ਇੱਕ ਬਹੁਤ ਵੱਡਾ ਸ਼ੋਅ ਸੀਗਾ ਜਿਹੜਾ ਆਫਰ ਹੋਇਆ ਸੀ ਨਾ ਉਹਦੇ ਵਿੱਚ ਕੈਰੈਕਟਰ ਸੀਗਾ ਬਹੁਤ ਸਟਰੋਂਗ ਪਟੋ ਇੱਕ ਏਦਾਂ ਦਾ ਕਰੈਕਟਰ ਸੀਗਾ ਜੋ ਪੰਜਾਬ ਚ ਬਹੁਤ ਗਾਣਾ ਪੈਂਦੀ ਆ ਤੇ ਮੈਂ ਬਹੁਤ ਕਨਫਿਊਜ਼ ਹੋਇਆ ਤੇ ਮੇਰੀ ਵਾਈਫ ਕਹਿੰਦੀ ਸੀ ਵੀ ਇਹ ਇੱਕ ਆਰਟ ਹੈ ਮੈਂ ਆਰਟੂਟ ਕੋਈ ਨਹੀਂ ਹੈ ਇੱਥੇ ਢਾਂਗਾ ਬਣਨੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਨੇ ਇੱਕ ਅੱਖ ਨਹੀਂ ਸੋਣਾ ਇਹਨਾਂ ਨੇ ਕਲਿੱਪ ਕੱਟ ਲੈਣੀ ਹੈ ਤੇ ਹਜੇ ਮੈਂ ਥੋੜਾ ਜਿਹਾ ਡਰਦਾ ਕਿਉਂਕਿ ਮੈਨੂੰ ਲੱਗਦਾ ਕਿ ਮੈਂ ਹਜੇ ਪੰਜਾਬੀ ਆਡੀਅנס 'ਚ ਹਜੇ ਕੰਮ ਕਰਨਾ ਚਾਹੁੰਨਾ ਫਿਰ ਮੈਨੂੰ ਲੱਗਦਾ ਕਿ ਹਜੇ ਮੈਨੂੰ ਹਜੇ ਐਡੀ ਕਾਲੀ ਨਹੀਂ ਕਰਨੀ ਚਾਹੀਦੀ ਤੁਸੀਂ ਛੱਡ ਤੋ ਹਾਂ ਮੈਂ ਛੱਡਤਾ ਸੀਗਾ ਬੱਸ ਇਸ ਚੱਕਰ 'ਚ ਮੈਨੂੰ ਐਸੀ ਇਹ ਐ ਥੋੜੀ ਵੀ ਮੌਕਾ ਮਿਲੇ ਅੱਜ ਕੱਲ ਨੂੰ ਮਿਲਣਾ ਨਹੀਂ ਹੈ ਮੈਂ ਸ਼ਾਰਟਕਟ ਤਾਂ ਜਾਂਦਾ ਨਹੀਂ ਤਾਂ ਮੈਨੂੰ ਲੱਗਦਾ ਕਿ ਹਜੇ ਮੇਰੇ ਕੋਲ ਬਹੁਤ ਲਾਈਫ ਪਈ ਹੈ ਉਦਾਂ ਦੀ ਪਤਾ ਨਹੀਂ ਕਿੰਨੀਆਂ ਕਰਨੀਆਂ ਅਜੇ ਵੀ ਹਜੇ ਮੈਂ ਨਾ ਪੰਗਾ ਲਵਾਂ ਹਜੇ ਮੈਨੂੰ ਆਹ ਕੁਝ ਕਰ ਲੈਣਾ ਚਾਹੀਦਾ ਜੋ ਮਿਲ ਰਿਹਾ ਜਾਂ ਜੋ ਮੈਂ ਡਿਸਰਵ ਕਰਦਾ ਵੀ ਹਜੇ ਇਹ ਨਹੀਂ ਮਿਲੂ ਕਿਤੇ ਕੋਈ ਹੋਰ ਆ ਜੋ ਆ ਗਈਆਂ ਉਸ ਤੋਂ ਬਾਅਦ ਹੋਰ ਆ ਗਈਆਂ ਬਟ ਸਾਡੀ ਜਨਰੇਸ਼ਨ ਤੁਹਾਨੂੰ ਮਤਲਬ ਜੋ ਆਰਟਿਸਟ ਹੈ ਨਾ ਉਹਨਾਂ ਨੂੰ ਹਰ ਕੈਰੈਕਟਰ ਵਿੱਚ ਦੇਖਣਾ ਚੰਗਾ ਖਾਸ ਕਰ ਤੁਹਾਨੂੰ ਬਹੁਤ ਪਿਆਰ ਕਰਦੇ ਲੋਕ ਆਈ ਐਗਰੀ ਕਿ ਪਤਾ ਨਹੀਂ ਉਦੋਂ ਕੀ ਰਿਐਕਸ਼ਨ ਕਿਸੇ ਦਾ ਕੀ ਹੋ ਜਾ ਕਿਉਂਕਿ ਗੱਲਾਂ ਚ ਆ ਜਾਂਦੇ ਅਸੀਂ ਹਾਂ ਜੀ ਮੈਂ ਦਿਮਾਗ ਨਹੀਂ ਉਸ ਮੈਂ ਮੈਂ ਉਹੀ ਕਹਿ ਰਿਹਾ ਮੈਂ ਅੱਜ ਵੀ ਮੈਂ ਦਰਸ਼ਕਾਂ ਨੂੰ ਕਹਿੰਨਾ ਮੈਂ ਕਰ ਸਕਦਾ ਐਵਰੀਥਿੰਗ ਮੈਂ ਕਰ ਸਕਦਾ ਬਹੁਤ ਲਿਬਰਟੀ ਹੈ ਨੇ ਸਾਨੂੰ ਜੋ ਪੰਜਾਬ 'ਚ ਰਹਿ ਕੇ ਸਾਨੂੰ ਬਹੁਤ ਸੋਚਣਾ ਪੈਂਦਾ ਮੈਂ ਇਹ ਭਾਵੂ ਕੋ ਕੇ ਕਹਦਾ ਵੀ ਮੈਂ ਆ ਵੀ ਕਰ ਲਵਾਂ ਆ ਵੀ ਕਰ ਲਵਾਂ ਜੋ ਇੱਥੇ ਕਲਾ ਆਰਟਿਸਟ ਸਿਰ ਫਿਲਮਾਂ ਲਈ ਨਹੀਂ ਜੁੜਿਆ ਹਿਆ ਇਹੜਾ ਪੰਜਾਬ ਹੈ ਨਾ ਬਾਕੀ ਸਟੇਟਾਂ ਨਾਲੋਂ ਬਹੁਤ ਵੱਖਰਾ ਹੈ ਇੱਥੇ ਤੁਹਾਨੂੰ ਹਰ ਮੁੱਦੇ ਨਾਲ ਜੁੜਨਾ ਹੀ ਪੈਂਦਾ ਚਾਹੇ ਕੁਝ ਵੀ ਹੋਵੇ ਕਿਸਾਨ ਧਰਨਾ ਹੋਇਆ ਹਰ ਬੰਦਾ ਆ ਕੇ ਖੜ ਗਿਆ ਆਰਟਿਸਟ ਖੜੇ ਜੁੜੇ ਉਧਰ ਹੈ ਨਹੀਂ ਵੀ ਚੁੱਪ ਰਹਿ ਕੇ ਕੰਮ ਸਰਜੋ ਇੱਥੇ ਨਹੀਂ ਸਰਨਾ ਇੱਥੇ ਚੀਜ਼ਾਂ ਹੋਰ ਨੇ ਸਾਨੂੰ ਕਈ ਵਾਰੀ ਕਹਿ ਹੁੰਦੇ ਨੇ ਕਿ ਸਾਊਥ 'ਚ ਬਹੁਤ ਵੱਡਾ ਸਟਾਰ ਆ ਬਣ ਜਾਂਦਾ ਇੱਥੇ ਨਹੀਂ ਬਣ ਸਕਦਾ ਸਾਊਥ ਵਾਲੇ ਬਹੁਤ ਕਹਿੰਦੇ ਵੀ ਦੁੱਧ ਨਾਲ ਮੂਰਤੀਆਂ ਬਹੁੰਦੇ ਮੈਂ ਇੱਥੇ ਕੋਈ ਸਟਾਰ ਨਹੀਂ ਹੈ ਪਹਿਲੀ ਗੱਲ ਕਿਸੌਤ ਵਾਲਾ ਆ ਕੇ ਕਹਿੰਦਾ ਨਾ ਪਿੱਛੇ ਇੱਕ ਮੀਟਿੰਗ ਹੋਈ ਉਹਨੇ ਬੜਾ ਦੱਸਿਆ ਵੀ ਉਹ ਆ ਕੇ ਐ ਕਰਦੇ ਆ ਪਹਿਲਾਂ ਦੁੱਧ ਨਾਲ ਮੂਰਤੀ ਮੈਂ ਪਹਿਲੀ ਗੱਲ ਆ ਇੱਥੇ ਮੂਰਤੀ ਲੱਗ ਹੀ ਨਹੀਂ ਸਕਦੀ ਇੱਥੇ ਸਾਰੇ ਸਟਾਰ ਨੇ ਜਿਹਨੂੰ ਤੁਸੀਂ ਸਟਾਰ ਸਮਝਦੇ ਹੋ ਇੱਥੇ ਜਿਹਨੂੰ ਤੁਸੀਂ ਲੇਜੈਂਡ ਕਹਿੰਦੇ ਹੋਗਾ ਗੱਲ ਨੂੰ ਮਿੱਟੀ 'ਚ ਰੋਲ ਕੇ ਰੱਖ ਦੇਣਗੇ ਕਿਉਂਕਿ ਇਹ ਪੰਜਾਬ ਹੈ ਇਹ ਮੈਂ ਦੂਜਿਆਂ ਨਾਲੋਂ ਬਹੁਤ ਵੱਖਰਾ ਹੈ ਇੱਥੇ ਉਹ ਚੀਜ਼ ਨਹੀਂ ਚੱਲਦੀ ਇਸ ਕਰਕੇ ਮੈਂ ਵੀ ਇਹ ਕਹਿੰਦਾ ਕਿ ਫਿਲਮਾਂ ਜ਼ਰੂਰ ਕਰਦੇ ਸਾਡੀ ਜੌਬ ਆ ਰਹਿਣਾ ਮੈਨੂੰ ਵੀ ਉਵੇਂ ਪਸੰਦ ਆ। ਹਮ ਹਮ ਆਮ ਜਿਹਾ ਰਹਿਣਾ ਉਹਦਾ ਪਸੰਦ ਆ। ਇਹ ਸਾਡੀ ਚੁਆਇਸ ਆ ਇਹ ਸਾਡੇ ਬਲੱਡ ਚ ਆ। ਇਸ ਕਰਕੇ ਉਹਨਾਂ ਦੀ ਕੋਈ ਚੀਜ਼ ਇੱਧਰ ਵਰਕ ਹੀ ਨਹੀਂ ਕਰ ਸਕਦੀ। ਇੱਧਰ ਵਾਲੀ ਉੱਧਰ ਨਹੀਂ ਵਰਕ ਕਰ ਸਕਦੀ। ਦੈਟਸ ਵਾਈ ਬਹੁਤ ਸਾਰੀਆਂ ਜਿੰਦਾਂ ਸੋਚਣੀਆਂ ਪੈਂਦੀਆਂ। ਮਾਡਰਨ ਵੀ ਕਨਵਰਸੇਸ਼ਨ ਚਲੀ। ਡੀਪ ਹਾਂ ਲਿਜਾ ਸਕਦੇ ਆ ਬਹੁਤ। ਪਰ ਐਂ ਕਿ ਹੱਸਦੇ ਖੇਡਦੇ ਚੀਜ਼ਾਂ ਵਧੀਆ ਹੁਣ ਥੁਲਾ ਚੱਲ ਰਿਹਾ ਦੈਟਸ ਗੁੱਡ ਹਨਾ। ਨਹੀਂ ਅਜੇ ਤੂੰ ਅਸੀਂ ਵੱਡੀਆਂ ਗੱਲਾਂ ਕੀਤੀਆਂ ਫਿਲਮ ਚ ਹਨਾ। ਹਾਂਜੀ ਹਾਂ। ਸੋ ਮੈਨੂੰ ਲੱਗਦਾ ਉਨੀਆਂ ਕੁ ਬਹੁਤ ਨੇ। ਹਾਂਜੀ। ਨਹੀਂ ਆਈ ਕੈਨ ਫੀਲ ਅਜਿਹਾ ਵੀ ਕਿ ਪੇਨ ਵੀ ਹੁੰਦਾ ਇੱਕ ਆਰਟਿਸਟ ਨੂੰ ਜਦੋਂ ਇੱਕ ਰੋਲ ਛੱਡਦਾ ਹੂੰ ਕਿ ਮੈਨੂੰ ਕੋਈ ਬੜਾ ਦੁੱਖ ਨਹੀਂ ਹੈ ਮੈਨੂੰ ਹਮੇਸ਼ਾ ਇਹੀ ਰਹਿੰਦਾ ਹੈ ਪਤਾ ਨਹੀਂ ਕਿੰਨੇ ਕਿ ਛੱਡੇ ਆ ਸਭ ਤੋਂ ਵੱਧ ਤਾਂ ਨਾਂ ਮੈਂ ਕੀਤੀ ਹੋਣੀ ਹੈ ਹਿੰਦੀ ਤੇ ਬਾਅਦ ਚ ਪੰਜਾਬੀ ਚ ਪਤਾ ਨਹੀਂ ਕਿੰਨੀਆਂ ਕਦੇ ਮੈਨੂੰ ਪਸਤਾਵਾ ਨਹੀਂ ਹੋਇਆ ਕਿ ਯਾਰ ਉਹ ਯਾਰ ਉਹ ਫਿਲਮ ਲੰਘ ਹੀ ਨਾ ਅੱਛਾ ਤਾਂ ਮੈਨੂੰ ਲੱਗਦਾ ਜਦੋਂ ਨਾਂ ਕਰਨ ਲੱਗ ਜਾਂਦਾ ਆਰਟਿਸਟ ਦਾ ਜਿਆਦਾ ਵੱਡਾ ਹੁੰਦਾ ਹੈ ਇਟ ਇਟ ਜਦੋਂ ਉਹ ਥੋੜਾ ਨਸ਼ੇ ਵੀ ਟਾਈਪ ਚ ਚੱਲ ਜਾਂਦਾ ਹੋਏ ਭੋਲੇ ਹੋਏ ਹੈ ਨਾ ਟ੍ਰੇਲਰ ਚ ਦੇਖਿਆ ਸੀਗਾ ਸੋ ਉਹ ਚੀਜ਼ਾਂ ਕੀ ਹੈਗੀ ਹੈ ਮਤਲਬ ਬੇਸਿਕ ਜੋ ਨਸ਼ਾ ਚੱਲਦਾ ਰਹਿੰਦਾ ਕਿ ਉਹ ਚਲੇ ਜਾਂਦਾ ਮੈਨੂੰ ਇੱਕ ਆ ਦਿੱਤਾ ਹੈ ਅਸੀਂ ਉਹ ਜਰਦਾ ਜਿਹੜਾ ਉਹਦੇ ਬਿਨਾ ਉਹ ਨਹੀਂ ਰਹਿ ਸਕਦਾ ਅਸੀਂ ਉਸ ਚੀਜ਼ ਨੂੰ ਲੈ ਕੇ ਬਹੁਤ ਡਿਟੇਲ ਚ ਗਏ ਆ ਵੀ ਕੀ ਹੁੰਦੀ ਹੈ ਸਾਈਕੀ ਵਾਹ ਕਈ ਮੁੰਡੇ ਚੈਨੀ ਖੈਨੀ ਲਾ ਲੈਂਦੇ ਆ ਹਾਂ 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 ਮੈਂ ਨਾਰਮਲੀ ਦੇਖ ਲੈਂਦਾ ਮੌਲਾ ਚ ਐ ਪਈਆਂ ਨੇ ਲੇਕ ਕਿ ਲੱਗਿਆ ਆਦਾ ਯਾਰ ਇਹਦੇ ਚ ਲਾਸ ਹਿੱਟ ਹੋਣਾ ਹੈ ਉਹ ਪਤਾ ਨਹੀਂ ਕੀ ਹੈ ਸਿਸਟਮ ਕੀ ਇਹਨਾਂ ਦੀ ਸਾਈਕੀ ਨਾਲ ਜੁੜੀ ਚੀਜ਼ ਹੈ ਵੀ ਇਹ ਕਿਉਂ ਹੁੰਦਾ ਉਹ ਤੁਸੀਂ ਫਿਲਮ ਚ ਦੇਖੋਗੇ ਵੀ ਇਹ ਵਾਇ ਪੀ ਇਹ ਕਿਉਂ ਬੰਦੇ ਨੂੰ ਐ ਲੱਗਦਾ ਕਿ ਮੈਨੂੰ ਕਿਸੇ ਡਰਗ ਦੀ ਲੋੜ ਪੈਂਦੀ ਹੈ ਹਨਾ ਮੈਂਟਲੀ ਤੌਰ ਤੇ ਮੈਂ ਬੰਬੇ ਜਾਣਾ ਉਹ ਬਿਨਾ ਗੱਲ ਤੋਂ ਸਿਗਰਟਾਂ ਹੀ ਪੜ ਲੈਂਦੇ ਅਸੀਂ ਨਾ ਚ ਹਨਾ ਹਰੇਕ ਨੂੰ ਲੱਗਦਾ ਇੱਧਰ ਵੀ ਹੋਣ ਲੱਗ ਗਿਆ ਉਹਨਾਂ ਨਾਲ ਵੀ ਹਰ ਸੀਨ ਚ ਮੈਨੂੰ ਲੱਗਦਾ ਕਿ ਸਿਗਰਟ 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 ਹਨਾ ਜਦੋਂ ਆਪਾਂ ਕੋਈ ਐਕਸ਼ਨ ਫਿਲਮ ਜਾਂਦੇ ਆ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਐਂ ਸলো 모ਸ਼ਨ ਚ ਆਉਣ ਨਾਲ ਦੈਟਸ ਅ ਗੁੱਡ ਇੱਕ ਸਵਾਇਗਾ ਹੁੰਦਾ ਹਨ ਸੋ ਮੈਂ ਜਦੋਂ ਉਹਨਾਂ ਨੂੰ ਪੁੱਛਦਾ ਹੁੰਦਾ ਹੁੰਦਾ ਵੀ ਵਾਹ ਇਹ ਕਿਉਂ ਉਹ ਇੱਕ ਸਾਈਕੀ ਜੁੜੀ ਹੋਈ ਹੈ ਨਹੀਂ ਵੀ ਨਸ਼ਾ ਸਮਝ ਕੇ ਕਰਦੇ ਆ ਤਾਂ ਮੈਨੂੰ ਲੱਗਦਾ ਉਹ ਜਦੋਂ ਤੁਸੀਂ ਛੱਡ ਵੀ ਦੋਗੇ ਮੈਂ ਕਈ ਮੁੰਡੇ ਦੇਖੇ ਆ ਜਿਹੜੇ ਐਂ ਛੱਡ ਗਏ ਜੇ ਤੁਸੀਂ ਮੰਨ ਲਓ ਕੋਈ ਨਸ਼ਾ ਕਰਦੇ ਹੋ ਮੈਂ ਮੁੰਡਿਆਂ ਨੂੰ ਬਹੁਤ ਮਿਲਿਆ ਹਨ ਦਵਾਈਆਂ ਜੇ ਉਹ ਜੋ ਤੁਸੀਂ ਆਪ ਆਪਣੇ ਮਨ ਨੂੰ ਘਰਾ ਸਕਦੇ ਹੋ ਬੇਸਿਕਲੀ ਇਹ ਦਿਮਾਗ ਨਾਲ ਜੁੜੀ ਚੀਜ਼ ਹੈ ਤੁਸੀਂ ਕਿਸੇ ਚੀਜ਼ ਦੀ ਲਤ ਨਾ ਲਾਓ ਤੁਸੀਂ ਕਰੋਗਾ ਮੈਨੇਜ ਬਣਾ ਜੇ ਉਹ ਤੁਹਾਨੂੰ ਲਤ ਲੱਗੀ ਹੋਈ ਹੈ ਇਟ ਮੀਨਸ ਤੁਹਾਨੂੰ ਸੀਰੀਅਸ ਬਿਮਾਰੀ ਹੈ ਕਿ ਮੈਂ ਇਹਦੇ ਬਿਨਾ ਨਹੀਂ ਰਹਿ ਸਕਦਾ ਉਹਦਾ ਇਲਾਜ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਸਗੋਂ ਉਹਨੂੰ ਆਪਣੇ ਚੀਜ਼ ਨੂੰ ਉੱਤੇ ਹਾਵੀ ਨਾ ਹੋਣ ਦਿਓ ਭੋਲੇ ਨਾਲ ਵੀ ਆ ਹੀ ਹੁੰਦਾ ਉਹ ਕਹਿੰਦਾ ਤੈਨੂੰ ਕੀ ਲੱਗਦਾ ਵੀ ਜਰਦਿਆ ਵਾ ਤੇਰੇ ਬਿਨਾ ਨਹੀਂ ਜੀ ਸਕਦਾ ਕਹਿੰਦਾ ਚੱਕ ਤੇ ਤੋਂ ਬਿਨਾ ਮੈਂ ਰਹਿ ਲੂੰਗਾ ਇਹ ਉਹਦੀ ਆਪਣੀ ਉਹਦੇ ਨਾਲ ਡੀਲ ਹੈ ਕਿ ਤੂੰ ਨਹੀਂ ਕਹਿੰਦਾ ਮੇਰੇ ਲਈ ਮੇਰੇ ਕਰਕੇ ਤੂੰ ਆ ਸੋ ਇਹ ਚੀਜ਼ ਨੂੰ ਜਦੋਂ ਤੁਸੀਂ ਦੇਖੋਗੇ ਜ਼ਿਆਦਾ ਕਨੈਕਟ ਕਰੋ ਅੱਛਾ ਜਿੱਦਾਂ ਇਹ ਇਹ ਜਿੱਦੇ ਕੰਮ ਕਰ ਦੇਣੀ ਹੈ ਹਨਾ ਸਾਰੇ ਲੰਬਾ ਬੰਦੇ ਕੱਲ ਐ ਕੁਛ ਤੇ ਕਰ ਲੈ ਉੱਠ ਜਾ ਇੱਧਰ ਚੱਲ ਜਾ ਉੱਧਰ ਚੱਲ ਜਾ ਇਹ ਚੀਜ਼ਾਂ ਤੁਹਾਨੂੰ ਲੱਗਦਾ ਜੋ ਸਾਡੇ ਇੱਕ ਅੱਛਾ ਅਗਰ ਥੋੜਾ ਸੀਰੀਅਸ ਲੈ ਕੇ ਜਾਈਏ ਕਿ ਸਾਨੂੰ ਆਸ-ਪਾਸ ਹੀ ਇੰਨਾ ਬੋਲ-ਬੋਲ ਕੇ ਕਹਿੰਦਾ ਨਾ ਪੇੜ ਨੂੰ ਬੋਲੋਗੇ ਖੁਦ ਬੋਲੋਗੇ ਗਾਲ੍ਹਾਂ ਕੱਢੋਗੇ ਤਾਂ ਪੇੜ ਮੁਰਝਾ ਜਾਂਦਾ ਵਾ ਉਹੀ ਚੀਜ਼ ਆਮ ਬੰਦੇ ਨਾਲ ਵੀ ਹੁੰਦੀ ਹੈ ਦੇਖੋ ਜਿਹੜਾ ਪਿੰਡ ਚ ਰਹਿ ਗਿਆ ਜਿਹੜਾ ਤਾਂ ਪੜਨ ਲੱਗ ਗਿਆ ਉਹ ਬਾਹਰ ਚੱਲਿਆ ਗਿਆ ਜਿਹੜੇ ਭੁੱਲੇ ਵਰਗੇ ਬੰਦੇ ਨੇ ਨਾ ਇਹ ਕਿਸੇ ਪਾਸੇ ਨਹੀਂ ਆਏ ਇਹ ਉਹ ਸੀ ਜਿਹੜੇ 10ਵੀਂ ਚੋਂ ਕੰਧ ਢੱਪ ਕੇ ਭੱਜ ਜਾਂਦੇ ਸੀ ਇਹ ਜਨਰ ਇਹ ਹੁਣ ਹੈ ਤਾਂ ਇੱਥੇ ਹੀ ਨੇ ਰਹਿਣਾ ਇਹਨਾਂ ਨੇ ਇੱਥੇ ਹੀ ਆ ਇੰਜੋਏ ਕਰਦੇ ਆ ਲਾਈਫ ਹਨਾ ਪਰ ਇਹਨਾਂ ਵਿਚ ਜਨਿਆਂ ਨੂੰ ਸਿਸਟਮ ਹੈ ਜਿਹੜਾ ਸਮਾਜ ਆ ਉਹਨੂੰ ਉਸ ਨਿਗਾ ਨਾਲ ਨਹੀਂ ਦੇਖਦਾ ਹੋ ਸਕਦਾ ਕਿ ਇਹ ਵੀ ਕੁਝ ਵੱਡਾ ਕਰ ਸਕਦੇ ਹੋ ਮੈਂ ਕਹਾਣੀ ਥਰੂ ਇਹਨਾਂ ਕਰੈਕਟਰਾਂ ਦੀ ਗੱਲ ਕੀਤੀ ਆ ਕਿ ਯਾਰ ਇਹ ਵੀ ਤਾਂ ਬੰਦੇ ਨੇ ਵੀ ਪੰਜਾਬ 'ਚ ਰਹਿੰਦੇ ਆ ਕਮ ਸੇਕੂ ਇੱਥੇ ਤਾਂ ਰਹਿ ਰਿਹਾ ਬਿਲਕੁਲ ਇੱਕ ਸਿਸਟਮ ਦਾ ਹਿੱਸਾ ਹੈ ਜੋ ਗਿਆ ਤਾਂ ਨਹੀਂ ਹੈ ਨਾ ਉਹ ਆਪਣੇ ਆਪ ਨੂੰ ਬੜਾ ਫਕਰ ਮਹਿਸੂਸ ਕਰਦਾ ਉਹ ਕਿ ਹਰ ਸਾਰੇ ਚਲੇ ਗਏ ਮੈਂ ਇੱਥੇ ਬੈਠਾ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਇੱਥੇ ਕੀ ਕਰਨਾ ਕਿ ਮੈਂ ਕਹਿੰਦਾ ਆਪਣੇ ਪਿੰਡ ਨੂੰ ਸੁਧਾਰਨਾ ਮੈਂ ਆਪਣੇ ਪਿੰਡ ਨਾਲ ਐ ਨਹੀਂ ਹੋਣ ਦਿੰਦਾ ਜਿਹੜਾ ਖੜ ਗਿਆ ਉਹ ਤਾਂ ਆਪਣੇ ਆਪ ਨੂੰ ਉਹਦੇ ਚ ਲੇਜੈਂਡ ਸਮਝਦਾ ਵੀ ਮੈਂ ਖੜਿਆ ਰਹਾ ਸਿਚੁਏਸ਼ਨ 'ਤੇ ਹੋਰ ਕੋਈ ਨਹੀਂ ਖੜਿਆ ਮੈਸ ਅ ਪੁਆਇੰਟ 'ਤੇ ਹੈ ਮੈਂ ਹੀ ਕਹਿੰਦਾ ਕਿ ਬੰਦਾ ਹਰੇਕ ਬੰਦੇ 'ਚ ਕੋਈ ਨਾ ਕੋਈ ਕੁਆਲਿਟੀ ਹੁੰਦੀ ਹੈ ਭਾਵੇਂ ਚਾਹੇ ਇਹਨਾਂ ਨੂੰ ਥੋੜੀ ਜਿਹੀ ਲੱਤ ਲੱਗੀ ਹੋਈ ਆ ਪਰ ਉਹਦੀ ਤੇ ਤੁਸੀਂ ਕੈਰੈਕਟਰ 'ਤੇ ਨਹੀਂ ਤੁਸੀਂ ਉਂਗਲੀ ਚੱਕ ਸਕਦੇ ਹੋ ਉਹਨਾਂ ਦੇ ਹਾਂ ਨੇ नाइस नाइस सब कुछ अच्छा जावे अच्छा ठीक है असी एक जदा छोटी जी चीज मैं लेके आई से तोारे लिए छोटी जी बस अच्छा तुम ले आओ बड़ा ले आओ कुछ <laughs> अच्छा जदा रैपिड फायर दे तीन क्वेश्चन है बस ज्यादा बड़े नहीं लेके आई इसलिए छोटे-छोटे होने ठीक है थीके? अच्छा आ, स्टार्ट करिए ओके okay. इंडस्ट्रीज सबसे सुस्ती वाला बंदा कौन है रैपिड फायर तीन बंदा किमे एक्टरਾਂ ਚ ਜਾਂ ਕੋਈ ਵੀ ਦੱਸ ਸਕਦੇ ਇੰਡਸਟਰੀ ਚ ਡਾਇਰੈਕਟਰ ਹੋ ਸਕਦਾ ਐਕਟਰ ਹੋ ਸਕਦਾ ਐਕਟਰਸ ਹੋ ਸਕਦਾ ਸੁਸਤੀ ਵਾਲਾ ਤਾਂ ਕੋਈ ਨਹੀਂ ਲੱਗਦਾ ਯਾਰ ਕੋਈ ਵੀ ਹੈਗਾ ਜਿਹੜਾ ਨੀਂਦ ਬਹੁਤ ਆਂਦੀ ਹੈ ਲੇਟ ਉੱਠਦਾ ਹੈ ਕੰਮ ਸਾਰਾ ਕਰਦਾ ਹੈ ਸੁਸਤੀ ਵਾਲਾ ਉਹ ਤਾਂ ਘਰੇ ਹੀ ਬੈਠੂਗਾ ਫਿਰ ਇਸ ਇੰਡਸਟਰੀ ਚ ਨਹੀਂ ਚੱਲਦਾ ਸੁਸਤੀ ਵਾਲਾ ਨਹੀਂ ਮੈਨੂੰ ਲੱਗਦਾ ਨਹੀਂ ਹੈਗਾ ਅੱਛਾ ਉਹ ਇਹ ਕਰਕੇ ਜ਼ਿਆਦਾ ਕੌਣ ਗੁਆਉਂਦਾ ਉਹ ਹੈਗਾ ਮੈਂ ਹੀ ਬੁਲਾਉਂਦਾ ਸਭ ਤੋਂ ਵੱਧ ਅੱਛਾ ਹਾਂ ਪਰ ਉਹ ਇਹ ਵੀ ਕਹਿੰਦੇ ਆਪਣਿਆਂ ਨੂੰ ਹੀ ਕਿਹਾ ਜਾ ਸਕਦਾ ਜੇ ਕਿਸੇ ਦੂਜੇ ਨੂੰ ਬਲਗਲਾ ਕਿਹੜਾ ਸੁਣਦਾ ਓਏ ਕੋਈ ਸੁਣਦਾ ਜਿਹਨੂੰ ਮੈਂ ਓਏ ਕਹਿੰਦਾ ਮਤਲਬ ਮੈਂ ਉਹਨੂੰ ਬਹੁਤ ਪਿਆਰ ਕਰਦਾ ਹੈਂ ਚਲੋ ਅੱਜ ਤੋਂ ਬਾਅਦ ਸਾਰੇ ਨੂੰ ਓਏ ਕਹਿਣਗੇ ਅੰਦਰ ਹਾਂ ਚਾਹੀ ਅkal ਤੋਂ ਜਦੋਂ ਨੈਕਸਟ ਟਾਈਮ ਆਉਂਗੇ ਮਨ ਓਏ ਕਰਕੇ ਬੋਲ ਠੀਕ ਹੈ ਠੀਕ ਹੈ ਅਗਰ ਅਗਰ ਕਰਦੇ ਭੁੰਡੀ ਜੀ ਓਏ ਭੁੰਡੀ ਨਾਮ ਯਾਦ ਰਹੇਗਾ ਠੀਕ ਹੈ ਅੱਛਾ ਤੁਹਾਡੀ ਵਾਈਫ ਤੁਹਾਨੂੰ ਕਿਹੜੇ ਤਿੰਨ ਨਾਮ ਨਾਲ ਬੁਲਾਉਂਦੇ ਨੇ ਕੋਈ ਇਹ ਸੀਕਰਟ ਆ ਮੈਂ ਨਹੀਂ ਦੱਸਣਾ ਚਾਹੂੰ ਹੈ ਇਹ ਦੇਖੋ ਸਾਡੇ ਦੋਨਾਂ ਦੀ ਗੱਲ ਆਪਸ ਚ ਅੱਛਾ ਆ ਮਮਾ ਆਪਾਂ ਨੂੰ ਇਹ ਨਹੀਂ ਪਤਾ ਨਾ ਉਹ ਕਿਸੇ ਨੂੰ ਨਹੀਂ ਪਤਾ ਨਾ ਇਹ ਇਹ ਚੀਜ਼ ਬਾਹਰ ਨਹੀਂ ਜਾਣੀ ਚਾਹੀਦੀ ਇਹ ਡੀਆ ਲੀਕਲੀ ਹੋਣਾ ਚਾਹੀਦਾ ਅੱਜ ਤੇ ਗੱਲ ਕਰ ਤੁਹਾਡੇ ਵਾਈਬ ਦੇਖ ਰਹੇ ਨੇ ਤੁਹਾਨੂੰ ਅ ਵਿਆਹ ਤਾਂ ਚਲੋ ਤੁਹਾਡਾ ਹੋ ਗਿਆ ਲੇਕਿਨ ਤਿੰਨ ਕਸਮਾਂ ਅਗਰ ਮੈਂ ਅੱਜ ਖਵਾਵਾਂ ਤੁਹਾਨੂੰ ਖਾਓਗੇ ਉਹਨਾਂ ਲਈ ਕਿਵੇਂ ਕਿੰਦਾਂ ਇਹ ਕਸਮਾਂ ਮੈਨੂੰ ਕੋਈ ਕਸਮ ਖਾਣ ਦੀ ਲੋੜ ਨਹੀਂ ਹੈ ਸਾਰਾ ਕੁਝ ਖੁੱਲੀ ਕਿਤਾਬ ਹੈ ਆ ਮਤਲਬ ਐਸੇ ਨਹੀਂ ਮਤਲਬ ਕੁਝ ਅਲੱਗ ਹੋਊਗਾ ਹਾਂ ਦੱਸੋ ਦੱਸੋ ਅੱਛਾ ਕੀ ਬੋਲੋਗੇ ਮੇਰੇ ਪਿੱਛੇ ਪਿੱਛੇ ਬੋਲਣਾ ਵਾਈਫ ਦਾ ਨਾਮ ਕੀ ਹੈ ਮੈਂ ਖਾਣ ਦੱਸਣਾ ਅੱਛਾ ਚਲੋ ਬੇਬੀ ਬੇਬੀ ਜਾਂ ਜਾਨੂ ਲੈ ਕੇ ਜਾਦੇ ਠੀਕ ਹੈ ਬੇਬੀ ਮੈਂ ਤੁਹਾਨੂੰ ਤੁਹਾਡੀ ਜਦੋਂ ਵੀ ਸ਼ਾਪਿੰਗ ਕਰਾ ਤੁਸੀਂ ਕਹੋਗੇ ਡਿਮਾਂਡ ਸ਼ਾਪਿੰਗ ਦੀ ਹਮੇਸ਼ਾ ਪੂਰੀ ਕਰੋ ਉਹ ਹੁੰਦੀ ਹੈ ਮੇਰੀ ਤਾਂ ਸੁਣੀ ਹੀ ਨਹੀਂ ਜਾਂਦੀ ਕੋਈ ਮੈਂ ਉਹ ਹੀ ਤਾਂ ਕਹਿ ਰਿਹਾ ਵੀ ਜੋ ਤੁਹਾਨੂੰ ਲੱਗਦਾ ਲਾ ਕੁਐਸਚਨ ਹਾਂ ਮੇਰੇ ਕੋਲ ਤਾਂ ਮੈਸੇਜ ਹੀ ਆਉਂਦਾ ਸਿੱਧਾ ਤੇ ਠੀਕ ਹੈ ਮੈਂ ਕਹ ਦੈਟਸ ਗੁੱਡ ਅੱਛਾ ਠੀਕ ਹੈ ਇਹ ਚੀਜ਼ ਹੋ ਗਈ ਚਲੋ ਠੀਕ ਹੈ ਮੈਂ ਕਦੇ ਵੀ ਤੁਹਾਡ ਨਾਲ ਲੜਾਈ ਨਹੀਂ ਕਰੂੰਗਾ ਇਹ ਸਾਡੇ ਚ ਡੀਲ ਹੈ ਇਹਨਾਂ ਮੈਂ ਦੱਸ ਸਕਦਾ ਹਾਂ ਸਭ ਨੂੰ ਵਰਤਣਾ ਚਾਹੀਦਾ ਹੈ ਕਿ ਸਾਡੇ ਚ ਜੇ ਐ ਤਾਂ ਹੈ ਨਹੀਂ ਵੀ ਹਿਊਮਰ ਹੈ ਹਰ ਕੋਈ ਹਰ ਬੰਦਾ ਪਿਆਰ ਨਾਲ ਹੀ ਬੋਲਦਾ ਸਾਉ ਤੋਂ ਡੀਟੇਲ ਲਾਈਆਂ ਹੁੰਦੀਆਂ ਹੋਣਗੀਆਂ ਪਰ ਸਾਡਾ ਇੱਕ ਰੂਲ ਬਣਿਆ ਹੋਇਆ ਤੇ ਮੈਨੂੰ ਲੱਗਦਾ ਬਹੁਤ ਵਧੀਆ ਹੋਊ ਅਸੀਂ ਉਹਨੂੰ ਇੰਜੋਏ ਬਹੁਤ ਕਰਦੇ ਆ ਕਿ 15 ਮਿੰਟ ਚ ਉਹ ਸੌਟ ਆਊਟ ਹੋਣਾ ਚਾਹੀਦਾ ਅੱਛਾ ਐ ਨਹੀਂ ਵੀ ਉਧਰ ਨੂੰ ਮੂੰਹ ਘੁਮਾ ਕੇ ਮੈਂ ਨਹੀਂ ਬੁਲਾਉਣਾ ਮੈਂ ਨਹੀਂ ਬੁਲਾਉਣਾ ਕਈ ਵਾਰ ਛੋਟੀ ਜੀ ਗੱਲ ਨਾਲ ਬਹੁਤ ਵੱਡੀ ਜਲ ਜਾਂਦੀ ਹੈ ਸਾਡਾ ਵੱਡੇ ਤੋਂ ਵੱਡਾ ਮਸਲਾ 14 ਮਿੰਟ ਚ ਖਤਮ ਹੋ ਜਾਂਦਾ 15 ਮਿੰਟ ਮੈਨੂੰ 15 ਵੀ ਨਹੀਂ ਹੋਣ ਦਿੰਦੇ ਤਾਂ ਸਾਨੂੰ ਇਹ ਲੱਗਦਾ ਬਸ ਮੌਤ ਹੋ ਗਿਆ ਦੈਟਸ ਇਟ ਠੀਕ ਹੈ ਓਕੇ ਹਫਤੇ ਚ ਮੈਂ ਦੋ ਵਾਰੀ ਡਿਨਰ ਲੈ ਕੇ ਜਾਊਗਾ ਉਹ ਵੱਧ ਹੀ ਹੋ ਜਾਂਦਾ ਵਾਦੋ ਜੀ ਹਾਂ ਇਹ ਤਾਂ ਟੋਟੀਆਂ ਮੈਂ ਉਹ ਹੀ ਕਹਿ ਰਿਹਾ ਕਿ ਉਹ ਵੀ ਛੱਡੋ ਸਾਡੀ ਤਾਂ ਇਹ ਵੀ ਡੀਲ ਹੋਈ ਹੈ ਕਿ ਵੀ ਲਾਈਫ 'ਚ ਕਦੇ ਪੈਵੇਂ ਮਗਰ ਨਹੀਂ ਜ਼ਿਆਦਾ ਉਹ ਦੇਣਾ ਘੁੰਮਣਾ ਬਹੁਤ ਹੈ ਕਿ ਚਾਹੇ ਕੁਝ ਵੀ ਹੋਵੇ ਸੀ ਘੁੰਮਣਾ ਬਹੁਤ ਜ਼ਿਆਦਾ ਤੇ ਘੁੰਮਣਾ ਚਾਹੀਦਾ ਵੀ ਹੈ ਤੁਹਾਨੂੰ ਕੋਲ ਅਸੀਂ ਆਬਾ ਫਿਲਮ ਤੋਂ ਬਾਅਦ ਚੱਲੇ ਕਿਤੇ ਦੇਖਦੇ ਆ ਕਿੱਧਰ ਨੂੰ ਜਾਂਦੇ ਆ ਜਿਹੜਾ ਅਨਪਲਾਨਡ ਹੁੰਦਾ ਉਹ ਉਹ ਵਾਲਾ ਉਹ ਹੀ ਅੱਛਾ ਹੁੰਦਾ ਜਾਂ ਤੇ ਦੋ ਤਿੰਨ ਦਿਨ ਪਹਿਲੇ ਬਨੇ ਹਾਂ ਦੋ ਤਰੀਕੇ ਦਾ ਘੁਮਣਾ ਹਾਂ ਫੋਟੋ ਵਾਲਾ ਵੀ ਜਾ ਕੇ ਐ ਕਰ ਲੋ ਐ ਕਰ ਲੋ ਇੱਕ ਹੁੰਦਾ ਕਿ ਯਾਰ ਫੀਲ ਕਰੀ ਜਦੋਂ ਮੈਨੂੰ ਟਰੈਕਿੰਗ ਕਰਨਾ ਪਸੰਦ ਆ ਐ ਜ਼ਿਆਦਾ ਹਨਾ ਤਾਂ ਮੈਨੂੰ ਲੱਗਦਾ ਕਿ ਜਦੋਂ ਲਿਮਟਡ ਸਾਧਨ ਚ ਜਾਂਦੇ ਆ ਨਾ ਕਿਤੇ ਤਾਂ ਤੁਹਾਨੂੰ ਚੀਜ਼ਾਂ ਦੀ ਵੈਲਿਊ ਦਾ ਪਤਾ ਲੱਗਦਾ ਯੈਸ ਵੀ ਕੀ ਆ ਸੀ ਇਹ ਜੀ ਜਗ੍ਹਾ ਤੇ ਵੀ ਜਾਂਦੇ ਆ ਜਿੱਥੇ ਪਾਣੀ ਸਾਨੂੰ ਉਦੋਂ ਪਤਾ ਲੱਗਦਾ ਵੀ ਜਿਹੜਾ ਪਾਣੀ ਦੀਆਂ ਟੂਟੀਆਂ ਅਸੀਂ ਖੋਲ ਦਿੰਨੇ ਆ ਵੀ ਕੀ ਹੁੰਦੀਆਂ ਨੇ ਉਹ ਮੈਨੂੰ ਲੱਗਦਾ ਇਹ ਤੁਹਾਨੂੰ ਕਰਨੇ ਚਾਹੀਦੇ ਆ ਲਾਈਫ ਜਦੋਂ ਤੁਹਾਨੂੰ ਠੰਡ ਲੱਗ ਰਹੀ ਹੈ ਤੁਸੀਂ ਫਸੇ ਹੋਏ ਹੋ ਤਾਂ ਤੁਹਾਨੂੰ ਉਦੋਂ ਪਤਾ ਲੱਗਦਾ ਵੀ ਹੀਟਰ ਦੀ ਵੈਲਿਊ ਕੀ ਹੈ ਘਰੇ ਰਜਾਈ 'ਚ ਬਹਿਣਾ ਤਾਂ ਮੈਨੂੰ ਲੱਗਦਾ ਤੁਹਾਨੂੰ ਘੁੰਮਣਾ ਜ਼ਰੂਰ ਚਾਹੀਦਾ ਤੇ ਲਿਮਟਡ ਸਾਧਨਾਂ ਨਾਲ ਵੀ ਉਹ ਲੋਕ ਜਿੱਥੇ ਬਿਜਲੀ ਵੀ ਹੈ ਨਹੀਂ ਉਹ ਕਿਵੇਂ ਰਹਿੰਦੇ ਆ ਇੱਥੇ ਠਾਪ ਉਸ ਵਿੱਚ ਦੱਬ ਲੈਣੇ ਆ ਐ ਕਰ ਲੈਣੇ ਆ ਉਹ ਜਿਹੜਾ ਸਫ਼ਰ ਹੈ ਨਾ ਉਹ ਤੁਹਾਨੂੰ ਸਿਖਾਉਂਦਾ ਬਹੁਤ ਤਾਂ ਉਹ ਤੁਹਾਨੂੰ ਜ਼ਰੂਰ ਘੁੰਮਣਾ ਚਾਹੀਦਾ ਸਮ ਟਾਈਮ ਆਪਾਂ ਵੀ ਜਿੱਦਾਂ ਇਹਦਾ ਸ਼ਿਮਲਾ ਸ਼ਿਮਲਾ ਚੱਲਦੇ ਆ ਪਹਾੜਾਂ ਤੋਂ ਫੋਟੋ ਕਿਸੇ ਪਹਿਲੀ ਗੱਲ ਤਾਂ ਮੈਂ ਨਾ ਸਾਫ਼ ਕਹਿਣੀ ਚਾਹੁੰਦਾ ਘੁੰਮਣ ਦਾ ਮਤਲਬ Shimla Manali ਤੁਸੀਂ ਕਦੇ ਨਹੀਂ ਜਾਣਾ ਮੈਂ ਹਮੇਸ਼ਾ ਕਹਿੰਨਾ ਨਹੀਂ ਜਾਣਾ ਨਹੀਂ ਜਾਣਾ ਅਸਲੀ ਹਿਮਾਚਲ ਸ਼ੁਰੂ ਹੁੰਦਾ ਹੈ Shimla ਤੋਂ ਬਾਅਦ ਅਸਲੀ ਹਿਮਾਚਲ ਸ਼ੁਰੂ ਹੋਊਗਾ Manali ਤੋਂ ਬਾਅਦ ਇਹ ਤਾਂ ਫੋਟੋ ਵਾਲੀਆਂ ਗੱਲਾਂ ਨੇ ਅੱਛਾ ਇੱਥੇ ਤਾਂ ਸਾਰੇ ਜਾਂਦੇ ਆ ਇੰਨਾ ਚ ਕੋਈ ਜਾਣਾ ਅਸਲੀ ਹਿਮਾਚਲ ਦੇਖਣਾ ਤਾਂ ਤੁਰ ਕੇ ਆਓ ਜੰਗਲਾਂ 'ਚ ਤੁਰੋ ਤੁਹਾਨੂੰ ਪਤਾ ਲੱਗੇ ਓਕੇ ਟਰੈਕਿੰਗ ਦੇਖੀ ਹੈ ਟਰੈਕਿੰਗ ਕਰੋ ਉਸ ਤੋਂ ਅਗਲੀਆਂ ਚੀਜ਼ਾਂ ਬਹੁਤ ਸੋਹਣੀਆਂ ਨੇ ਆਪਣੇ ਵਾਲੇ ਤਾਂ ਸ਼ਿਮਲੇ ਨੂੰ ਬਹੁਤ ਵੱਡਾ ਮੰਨਦੇ ਆ ਨਾ ਹਾਲਾਂਕਿ ਕਮਰਸ਼ੀਅਲ ਹੋ ਗਿਆ ਚੀਜ਼ਾਂ ਜੇ ਰਾਜਸਥਾਨ ਦੇਖਣਾ ਤੁਸੀਂ ਜੈਸਲਮੇਰ ਦੇ ਪਿੰਡਾਂ 'ਚ ਜਾਓ ਜੈਪੁਰ ਤਾਂ ਇੱਕ ਕਮਰਸ਼ੀਅਲ ਸਟੇਟ ਆ ਨਾ ਉੱਥੇ ਤੁਹਾਨੂੰ ਹਰ ਚੀਜ਼ ਹੋਟਲ ਪਾਣੀ ਸਭ ਮਿਲ ਜਾਂਦਾ ਨਾ ਉੱਥੇ ਰਹਿ ਕੇ ਆਉਣਾ ਜਿੱਥੇ ਕੁਝ ਹੈ ਨਹੀਂ ਫਿਰ ਤੁਸੀਂ ਉਸ ਚੀਜ਼ ਨੂੰ ਫੀਲ ਕਰੋਗੇ ਇਹ ਤੇ ਹੈ ਰਾਈਟ ਅਜਾ ਉਹ ਮੈਂ ਇਹ ਕਹਿ ਰਹੀ ਸੀ ਜਿੱਦਾਂ ਅਸੀਂ ਕਲਿੱਕ ਕਰ ਲੈਂਦੇ ਆ ਫੋਟੋ ਲੇਕਿਨ ਜੋ ਅੱਖਾਂ ਤੋਂ ਦਿਖ ਰਿਹਾ ਹੁੰਦਾ ਨਾ ਉਹ ਪੋਰ ਨਹੀਂ ਹੁੰਦਾ ਕਈ ਵਾਰੀ ਤੁਹਾਨੂੰ ਇਹ ਲੱਗਦਾ ਆ ਆ ਜਿਹੜਾ 360 ਦਿਖ ਰਿਹਾ ਹੈ ਨਾ ਕੈਮਰੇ 'ਚ ਆਉਂਦਾ ਸੀ ਮਰ ਜਾਂਦੇ ਉੱਥੇ ਮੈਂ ਬ ਕਈ ਵਾਰ ਫੇਮਸ ਥੋੜ੍ਹ ਤੇ ਨਾ ਮਰ ਜੰਦੇ ਅਸੀਂ ਐਂਜ ਕਰਦੇ 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 ਐਨੇ ਨੂੰ ਟਾਈਮ ਲੰਘ ਜਾਂਦਾ ਫੇਰ ਪਤਾ ਲੱਗਦਾ ਗਾ ਫੀਲ ਤਾਂ ਲਿਆ ਹੀ ਨਹੀਂ 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 ਰਾਈਟ ਰਾਈਟ ਉੱਥੇ ਜਾ ਕੇ ਬਹਿ ਕੇ ਵੀ ਇੰਜੋਏ ਕਰਕੇ ਦੇਖੋ ਜਰੂਰ ਇਹ ਨਹੀਂ ਤੁਸੀਂ ਕਿਸੇ ਨੂੰ ਦਿਖਾਉਣਾ ਹੀ ਐ ਸਨੈਪਚੈਟ ਤੇ ਵੀ ਮੈਂ ਇੱਥੇ ਖੜਾ ਓਕੇ ਅੱਜ ਮੈਡ ਸਿੰਧੂ ਜੀ ਵੀ ਹੈਗੇ ਇਸ ਫਿਲਮ ਦੇ ਵਿੱਚ ਉਹਨਾਂ ਨੂੰ ਲੈਣ ਦਾ ਕਿੰਨੇ ਸੋਚਿਆ ਪਰਟੀਕੂਲਰ ਇੱਕ ਸੀਨ ਆ ਉਹਦੇ ਚ ਇਹ ਚ ਹਰ ਬੰਦਾ ਉਹੀ ਲਿਆ ਗਿਆ ਜਿਹੜਾ origignal ਲੈ ਕੇ ਕੈ ਵਾਲੇ ਬੰਦੇ ਐ ਹੂੰ ਢੋਲੀ ਨੇ ਉਹ ਨੇ ਉਹ ਅਸੀਂ origignal ਐ ਸਾਰੇ ਉਹਦੇ ਚ ਇੱਕ ਸੀਨ ਸੀਗਾ ਇਦਾਂ ਤਾਂ ਸਾਨੂੰ ਲੱਗਿਆ ਸੀ ਇਹ ਉਹ ਕਰ ਸਕਦਾ ਥੋਨੇ ਬਹੁਤ ਸੋਹਣਾ ਕੀਤਾ ਉਹ ਸੀਨ ਪੂਰਾ ਫੁੱਟੀ ਵਾਲਾ ਸੀਨ ਆ ਉਹ ਸੋ ਮੈਨੂੰ ਇਹ ਲੱਗਦਾ ਕਿ ਯਾਰ ਜਿਸ ਬੰਦੇ ਦਾ ਮਜ਼ਾਕ ਬਣਾਇਆ ਜਾਂਦਾ ਕਿਸੇ ਨੂੰ ਵੀ ਆਰਟ ਸਬ ਦੇ ਅੰਦਰ ਹੂੰ ਜ਼ਰੂਰੀ ਨਹੀਂ ਉਹਨੂੰ ਕਿਸ ਤਰੀਕੇ ਨਾਲ ਆਪਾਂ ਦਿਖਾਉਨੇ ਆ ਕਿਵੇਂ ਇੱਕ ਹੁੰਦਾ ਤੁਹਾਡਾ ਕਿ ਸਮਾਜ ਉਹਨੂੰ ਕਿਵੇਂ ਲੈਂਦਾ ਮੈਂ ਤਾਂ ਸਗੋਂ ਉਸ ਬੰਦੇ ਦੀ ਰਿਸਪੈਕਟ ਮੇਰੇ ਲਈ ਹਮੇਸ਼ਾ ਵੱਜ ਜਾਂਦੀ ਹੈ ਜਿਹਨੂੰ ਮਜ਼ਾਕ ਉਡਾਇਆ ਜਾਂਦਾ। ਕਿ ਕਮ ਸੇ ਕਮ ਉਹਨੂੰ ਦੂਜੇ ਵਰਜ਼ਨ ਨਾਲ ਵੀ ਜ਼ਰੂਰ ਦੇਖਣਾ ਚਾਹੀਦਾ ਚਾਹੇ ਕੋਈ ਵੀ ਹੋਵੇ। ਚਾਹੇ ਜ਼ਰੂਰੀ ਹੈ ਉਹਦੀ ਜਗ੍ਹਾ ਤੁਸੀਂ ਵੀ ਹੋ ਸਕਦੇ ਸੀ। ਬਿਲਕੁਲ। ਹਾਲਾਂਕਿ ਤੁਸੀਂ Netflix ਦੇਖ ਲਓ, ਕੁਝ ਵੀ ਦੇਖ ਲਓ। ਆਪਣੇ Manoj Bajpayee ਨੇ ਇੱਕ ਫਿਲਮ ਵੀ ਕੀਤੀ ਸੀਗੀ। ਅ ਅਲੀਗੜ। ਉਹਨਾਂ ਚੀਜ਼ਾਂ 'ਚ ਇੰਨਾ ਸਬਜੈਕਟਾਂ ਨੂੰ ਬਹੁਤ ਡਿਟੇਲ ਤੇ ਸੀਰੀਅਸ ਤਰੀਕੇ ਨਾਲ ਦਿਖਾਇਆ ਜਾਂਦਾ। ਸਾਡੇ ਵਾਲੇ ਪਾਸੇ ਹਜੇ ਉਹਨੂੰ ਮਜ਼ਾਕ ਸਮਝਿਆ ਜਾਂਦਾ ਤਾਂ ਮੈਨੂੰ ਲੱਗਦਾ ਹੌਲੀ ਹੌਲੀ ਇਹ ਚੀਜ਼ਾਂ ਹੋਣ ਗਈਆਂ ਸੱਟ ਹੂੰ ਇਹ ਫਿਰ ਮਾਰਾ ਇਹ ਹੋਏਗੀ ਜੇ ਤੁਸੀਂ ਹੁਣ ਲੈ ਕੇ ਆਓ ਮੈਂ ਵੀ ਹਨਾ ਅੰਕੂ ਨੂੰ ਰਿਸਪੈਕਟ ਮਿਲਣੀ ਉਹਨਾਂ ਨੂੰ ਸ਼ੁਰੂ ਹੋ ਜਾਊਗੀ ਮੈਂ ਤਾਂ ਹਾਂਜੀ ਹਾਂਜੀ ਓਕੇ ਇਹ ਵੀ ক্লোਜ਼ਿੰਗ ਅਸੀਂ ਟ੍ਰੇਲਰ ਦੀ ক্লোਜ਼ਿੰਗ ਨਾਲ ਹੀ ਕਰਦੇ ਹਾਂ ਟ੍ਰੇਲਰ ਦੀ ক্লোਜ਼ਿੰਗ ਚ ਬਾਬੇ ਵਾਲੀ ਜਿਹੜਾ ਸੀਨ ਹੈਗਾ ਵਾ ਉਹਨੂੰ ਲੈ ਕੇ ਕਹਿੰਨਾ ਇੰਨਾ ਅੱਛਾ ਡਿਸਕ੍ਰਾਈਬ ਕੀਤਾ ਉਹ ਟ੍ਰੇਲਰ ਦੇ ਵਿੱਚ ਹੀ ਕਰਦਾ ਕਿ ਕਿੰਨੇ ਪੈਸੇ ਮਿਲੋਗੇ ਹਜ਼ਾਰ ਤਾਂ ਮੈਂ 5000 ਲੈ ਰਿਹਾ ਵੀ ਐਕਟਿੰਗ ਤਾਂ ਮੈਂ ਤੈਨੂੰ ਕਰਕੇ ਦਿਖਾਉਣਾ ਕਿਵੇਂ ਕਰਦਾ ਮੈਂ ਸੋ ਉਹ ਬੜਾ ਵਧੀਆ ਸੀਗਾ ਉਹਦੇ ਵਿੱਚ ਫਿਲਮ ਦੇ ਕੁਝ ਏਦਾਂ ਦਾ ਇੱਕ ਪਾਰਟ ਆਉਂਦਾ ਜਿਹਨੂੰ ਮੈਨੂੰ ਲੱਗਦਾ ਉਹ ਫਿਲਮ ਦੇ ਸਭ ਤੋਂ ਪੀਕ ਵਾਲੇ 10 ਮਿੰਟ ਹੋਣਗੇ ਉਹ ਜਿੱਥੇ ਮੈਨੂੰ ਲੱਗਦਾ ਲੋਕ ਸੀਟਾਂ ਤੋਂ ਵੀ ਖੜੇ ਹੋ ਸਕਦੇ ਆ ਅੱਛਾ ਸੋ ਮੈਨੂੰ ਉਹ ਸੀਨ ਤੇ ਬੜੀ ਹੋਆ ਕਿ ਕਿ ਉਹ ਬਹੁਤ ਇੰਜੋਏ ਕਰਨਗੇ ਉਹ ਸੀਨ ਉਹਦੇ ਵਿੱਚ ਡਾਇਲੌਗਸ ਬਹੁਤ ਘੱਟ ਨੇ ਅੱਛਾ ਉਹਦੀ ਐਡੀਟਿੰਗ ਵਾਈਜ਼ ਵੀ ਸੀਨ ਬਹੁਤ ਸੋਹਣਾ ਐਡਿਟ ਹੋਇਆ ਹੋਇਆ ਹੈ ਉਹ ਸਿਚੁਏਸ਼ਨਾਂ 'ਚ ਫਸਦਾ ਭੋਲਾ ਉਹ ਪੀਕ ਐਸ ਫਿਲਮ ਦੀ ਤਾਂ ਮੈਨੂੰ ਲੱਗਦਾ ਉਸ ਸੀ ਸਾਰੇ ਨੂੰ ਇੰਜੋਏ ਵਾਟ ਕਰਨਗੇ ਫਿਰ ਮੈਨੂੰ ਇਹ ਵੀ ਲੱਗਦਾ ਸੀ ਕੋਈ ਨਾ ਇਸ਼ੂ ਆਪਾਂ ਸਾਰੇ ਇਹਦੇ ਚ ਇਕੱਠੇ ਕਰਨੇ ਆ ਜੋ ਅੱਜ ਦੀ ਡੇਟ ਚ ਹੋ ਰਿਹਾ ਓਕੇ ਸਾਡੇ ਵਾਲੇ ਦੁਆਲੇ ਸਾਡੀਆਂ ਨਿਊਜ਼ਾਂ ਚ ਵੀ ਕੋਈ ਵੀ ਜੋ ਮੁੱਦਾ ਜਾਂ ਇਸ਼ੂ ਹੈ ਭੂਲਾ ਸਿਸਟਮ ਦਾ ਹਿੱਸਾ ਹੈ ਇਹ ਤਾਂ ਹੈ ਨਹੀਂ ਕਿ ਸਾਰੇ ਬੰਦੇ ਸੁਖੀ ਨੇ ਜਿਸਨ ਨਾਲ ਵੀ ਕੁਝ ਵਾਪਰਦੀ ਹੈ ਹਰ ਬੰਦਾ ਉਸ ਸਿਸਟਮ ਚ ਫਸਦਾ ਭੂਲਾ ਵੀ ਉਹਦੇ ਚ ਫਸਿਆ ਹੋਇਆ ਤੇ ਉਹਦੇ ਚੋਂ ਕਿਵੇਂ ਨਿਕਲਦਾ ਫਿਰ ਉਹ ਸੀਨ ਤੁਸੀਂ ਐਂਡ ਤੇ ਟ੍ਰੇਲਰ ਤੇ ਦੇਖਿਆ ਹੋਇਆ ਕਰਕੇ ਦਿਖਾਓ ਨਾ ਉਹ ਇੱਥੇ ਨਹੀਂ ਹੋ ਸਕਦਾ ਆ ਫੀਲ ਚਾਹੀਦੀ ਆ ਆ ਫੀਲ ਵੀ ਪੂਰਾ ਮਾਹੌਲ ਵੀ ਚਾਹੀਦਾ ਤੁਸੀਂ ਮੰਨੋਗੇ ਇਦਾਂ ਤਾਂ ਮੇਕੋ ਵੀ ਇੱਕ ਇੰਟਰਵਿਊ ਆਇਆ ਸੀਗਾ ਮਤਲਬ ਮੈਂ ਕਲੋਜ਼ਿੰਗ ਕਰ ਦਿੰਦੀ ਕਿ ਉਹਨਾਂ ਦਾ ਇੰਟਰਵਿਊ ਲੈਣਾ ਹੈ ਤੁਸੀਂ ਫ੍ਰੀ ਹੋ ਮੈਂ ਕਿਹਾ ਹਾਂ ਮੈਂ ਕਿਹਾ ਪ੍ਰੋਫਾਈਲ ਲਈ ਮੈਂ ਇਦਾਂ ਸੀ ਮੈਂ ਕਿਹਾ ਨਾ ਲੈਣਾ ਮੈਂ ਕਿਹਾ ਨਹੀਂ ਲੈਣਾ ਵੀ ਭੱਜੋ ਇਹ ਤੋਂ ਹੈ ਮੈਂ ਨਹੀਂ ਲੈਣਾ ਮੈਂ ਤੇ ਮੈਂ ਮਨਾ ਕਰਦਾ ਮੈਂ ਕਿਹਾ ਮੈਂ ਬਿਜ਼ੀ ਹਾਂ ਮੈਂ ਨਹੀਂ ਲੈ ਸਕਦੀ ਮਤਲਬ ਪਤਾ ਹੀ ਹੈ ਸਾਨੂੰ ਸੱਚਾਈ ਕੀ ਉਹਨਾਂ ਨੂੰ ਕਿਉਂ ਅਸੀਂ ਹੋਰ ਹਾਂ ਜੀ ਇਹ ਤੁਸੀਂ ਬਹੁਤ ਸਮਝ ਗਏ ਤੁਸੀਂ ਠੀਕੇ ਥੈਂਕ ਯੂ so much ਹੋਏ ਬੋਲਨੇ ਵੇ ਥੈਂਕ ਯੂ so much ਥੈਂਕ ਯੂ ਜੀ ਬਹੁਤ اچھا ਲੱਗ ਰਿਹਾ ਤੁਹਾਨੂੰ ਮਿਲ ਕੇ ਥੈਂਕ ਯੂ ਕੁਝ ਕਹਿਣਾ ਚਾਹੁੰਦੇ ਹੋ 16 ਫਬਵਾਰੇ 16 ਫਬਵਾਰੇ ਬਈ ਇਹੀ ਕਹਿ ਸਕਦਾ ਹੁਣ ਬਈ ਇਹ ਹੁਣ ਤੁਹਾਡੀ ਫਿਲਮ ਆ ਨਾ ਚੱਕ ਦੋ ਫੱਟੇ ਹਰ ਬੰਦਾ ਇਸ ਫਿਲਮ ਨੂੰ ਜਾ ਕੇ ਦੇਖ ਸਕਦਾ ਹਨ ਤੇ ਫੈਮਲੀ ਨਾਲ ਦੇਖ ਸਕਦਾ ਬੱਚੇ ਬਹੁਤ ਇਸ ਫਿਲਮ ਨੂੰ ਇੰਜੋਏ ਕਰਨਗੇ ਕਿਉਂਕਿ ਇਹ ਕੈਰੈਕਟਰ ਆ ਜਿਹੜਾ ਇੱਕ ਭੁੱਲਾ ਹੀ ਆ ਜਿਹਾ ਕੈਰੈਕਟਰ ਜਿਹਨੂੰ ਸਭ ਨੇ ਦੇਖਿਆ ਹੋਇਆ ਸੀ ਉਤੋਂ ਲੈ ਕੇ 2015 ਚ ਫਿਲਮ ਆਈ ਸੀ ਉਹ ਥੋੜੇ ਜਿਹਾ ਵੱਡੇ ਹੋ ਗਏ ਤੇ ਉਸ ਤੋਂ ਬਾਅਦ ਇਸ ਬੰਦੇ ਕਰੈਕਟਰ ਨਾਲ ਬਹੁਤ ਲੋਕ ਜੁੜੇ ਆ ਤੇ ਉਹ ਪਹਿਲੀ ਫਿਲਮ ਨਾਲੋਂ ਮੈਨੂੰ ਲੱਗਦਾ ਕਈ ਗੁਣਾ ਜ਼ਿਆਦਾ ਵੱਡੀ ਡੋਜ਼ ਐ ਇਸ ਫਿਲਮ ਦੇ ਵਿੱਚ ਬਹੁਤ ਇੰਜੋਏ ਕਰੋਗੇ ਫਿਲਮ थैंक यू so much थैंक यू और थैंक यू so much 16 ਫ फेब्रुवारी ਪਿਕਸ ਦਾ ਡੇਟ OE ਪੋਲੇ OE cinema theater ਦੇ ਵਿਚਾਰੀਆ ਜਾ ਕੇ ਜ਼ਰੂਰ ਦੇਖਣੀ ਹੈ ਪਰਿਵਾਰ ਸਮੇਤ ਦੇਖਣੀ ਹੈ ਤੇ ਪਲੀਜ਼ ਆਪਣੇ ਰਿਵਿਊ ਦੇਣੇ ਕਿ ਕਿਵੇਂ ਦੀ ਫਿਲਮ ਲੱਗੀ ਟਿਲ ਦਾ ਦੇਖ ਰੋ ਸਭ ਪੰਜਾਬੀਤ ਮੈਨੂੰ ਉਹ ਦੀ ਇਜਾਜ਼ਤ ਸਸ਼ੇਕਤ